ਅੱਜ ਦਾ ਮੁੱਦਾ ਦੈਨਿਕ ਸਵੇਰਾ ਟੀਵੀ ਵੱਲੋਂ ਸ਼ੁਰੂ ਕੀਤਾ ਗਿਆ ਇੱਕ ਅਜੇਹਾ ਪ੍ਰੋਗਰਾਮ ਜਿਸ 'ਚ ਅਜਿਹੇ ਮੁੱਦੇ ਚੁਕੇ ਜਾਂਦੇ ਨੇ ਜਿਹੜੇ ਆਮ ਲੋਕਾਂ ਨਾਲ ਜੁੜੇ ਹੋਣ। ਖਾਸ ਕਰਕੇ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਹੈ ਕਿ ਆਮ ਲੋਕਾਂ ਨਾਲ ਜੁੜੇ ਮੁੱਦੇ ਚੁਕੇ ਜਾਣ। ਅੱਜ ਵੀ ਇੱਕ ਅਜਿਹਾ ਹੀ ਮੁੱਦਾ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਮੇਰੇ ਨਾਲ ਮੇਰੇ ਸਹਿਯੋਗੀ ਰਮਾਂਸ਼ੂ ਗਾਬਾ ਜੁੜੇ ਹੋਏ ਨੇ ਕਿਉਂਕਿ ਅੱਜ ਮਸਲਾ ਜਿਹੜਾ ਆ ਉਹ ਟ੍ਰੈਫਿਕ ਨਾਲ ਜੁੜਿਆ ਹੋਇਆ ਹੈ। ਟ੍ਰੈਫਿਕ ਦੀ ਸਮੱਸਿਆ ਪੰਜਾਬ ਦੇ ਤਕਰੀਬਨ ਹਰ ਸ਼ਹਿਰ ਚ ਹਰ ਵੱਡੇ ਸ਼ਹਿਰ ਚ ਕਹਿ ਸਕਦੇ ਆ ਵਾਧੀ ਜਾ ਰਹੀ ਹੈ ਔਰ ਇਹ ਸਮੱਸਿਆ ਹੱਲ ਕੀ ਹੈ ਇਹਦਾ ਇਹਨਾਂ ਨੂੰ ਇਸ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਕਿ ਇਹ ਕਈ ਵੱਡੇ ਸ਼ਹਿਰਾਂ ਦੇ ਵਿੱਚ ਇਸ ਵਿਵਸਥਾ ਨੂੰ ਦੇਖ ਕੇ ਆਏ ਹੈ ਤੇ ਉਹਦੇ ਤੇ ਇੱਕ ਪ੍ਰੋਗਰਾਮ ਜਿਹੜਾ ਆ ਉਹ ਸਬਕ ਨਾਮ ਦਾ ਪ੍ਰੋਗਰਾਮ ਚੱਲ ਰਿਹਾ ਹੈ ਤੇ ਕਿਉਂ ਨਹੀਂ ਉਹ ਸਿਸਟਮ ਜਿਹੜਾ ਹੈ ਉਹ ਪੰਜਾਬ ਚ ਲਾਗੂ ਹੋ ਸਕਦਾ ਰਿਮਾਂਛੋ ਜੀ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਅੱਜ ਆਪਾਂ ਖਾਸ ਕਰਕੇ ਇਸ ਕਰਕੇ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਸਦਾ ਦਿੱਤਾ ਜਾਂ ਬੁਲਾਇਆ ਕਿਆ ਕਿ ਕਿਉਂਕਿ ਮੈਨੂੰ ਇਹ ਲੱਗਾ ਕਿ ਪੰਜਾਬ ਦੇ ਵਿੱਚ ਟ੍ਰੈਫਿਕ ਵਿਵਸਥਾ ਕਿਉਂ ਨਹੀਂ ਜਦਕਿ ਕਈ ਸ਼ਹਿਰ ਬੜੇ ਵੱਡੇ ਸ਼ਹਿਰ ਨੇ ਔਰ ਉੱਥੇ ਪੰਜਾਬ ਦੇ ਮੁਕਾਬਲੇ ਬਹੁਤ ਸਾਰਾ ਜਿਹੜਾ ਉਹ ਟ੍ਰੈਫਿਕ ਹੈ ਇਸ ਦੇ ਬਾਵਜੂਦ ਉੱਥੇ ਵਿਵਸਥਾ ਬੜੀ ਵਧੀਆ ਹੈ ਟ੍ਰੈਫਿਕ ਦੀ ਤੇ ਇੱਥੇ ਪੰਜਾਬ ਦੇ ਵਿੱਚ ਕਿਉਂ ਨਹੀਂ ਇਹ ਵਿਵਸਥਾ ਹੋ ਸਕਦੀ ਬਿਲਕੁਲ ਇਹ ਜਿਹੜੀ ਸਮੱਸਿਆ ਸਾਡੀ ਜ਼ਿੰਦਗੀ ਦੀ ਰੁਟੀਨ ਦੀ ਇੱਕ ਵੱਡੀ ਸਮੱਸਿਆ ਔਰ ਲੋਕਾਂ ਦਾ ਗੁੱਸਾ ਇਸ ਗੱਲ ਦਾ ਜ਼ਿਕਰ ਕਰਨਾ ਇਸ ਕਰਕੇ ਜ਼ਰੂਰੀ ਹੋ ਜਾਂਦਾ ਰਾਣਾ ਜੀ ਕਿ ਲੋਕਾਂ ਦਾ ਗੁੱਸਾ ਬੜਾ ਵੱਧ ਗਿਆ ਇਸ ਮਸਲੇ ਨੂੰ ਲੈ ਕੇ ਆਪਾਂ ਕੱਲ ਇੱਕ ਘਟਨਾ ਦੇਖੀ ਅੰਮ੍ਰਿਤਸਰ ਦੇ ਪੁਤਲੀ ਘਰ ਦੇ ਵਿੱਚ ਜਿੱਥੇ ਟ੍ਰੈਫਿਕ 'ਚ ਫਸਿਆ ਇੱਕ ਸ਼ਖਸ ਰਿਵੋਲਵਰ ਕੱਢ ਕੇ ਬਾਹਰ ਆ ਕੇ ਉਹਨੇ ਟ੍ਰੈਫਿਕ ਹੱਲ ਕਰਾਉਣਾ ਸ਼ੁਰੂ ਕਰਤਾ ਔਰ ਤੁਸੀਂ ਦੇਖੋਗੇ ਕਿ ਲੁਧਿਆਣੇ ਦੇ ਵਿੱਚ ਵੀ ਟ੍ਰੈਫਿਕ ਦੀ ਜਾਂਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਰੋਜ਼ ਜਲੰਧਰ ਦੇ ਵਿੱਚ ਕਈ ਥਾਵਾਂ ਤੇ ਜਲੰਧਰ ਤੱਕ ਜਿਹੜਾ ਇੰਟਰਨਲ ਏਰੀਆ ਹੈ ਮਾਲ ਟਾਊਨ ਵਗੈਰਾ ਦੇ ਏਰੀਆ ਨੇ ਜਿਹੜੀ ਮੇਨ ਸੜਕਾਂ ਨੇ ਉੱਥੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਰੋਜ਼ਾਨਾ ਪੁਲਿਸ ਜਿਹੜੀ ਟ੍ਰੈਫਿਕ ਪੁਲਿਸ ਹੈ ਉਹ ਕੋਈ ਨਾ ਕੋਈ ਤਰੀਕੇ ਅਪਣਾ ਰਹੀ ਹੈ ਤਾਂ ਕਿ ਜਿਹੜਾ ਟ੍ਰੈਫਿਕ ਹੈ ਉਹ ਸੁਚਾਰੂ ਰੂਪ ਦੇ ਨਾਲ ਚੱਲਦਾ ਰਹੇ ਜਲੰਧਰ ਦਾ ਕਪੂਰਥਲਾ ਚੌਕ ਹੈ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਜਿਹੜਾ ਬਾਕੀ ਦਾ ਇਲਾਕਾ ਹੈ ਉੱਥੇ ਕਈ ਕਈ ਘੰਟੇ ਮੈਂ ਕਹਾਂਗਾ ਜੇ ਸ਼ਾਇਦ ਮੇਰਾ ਗਲਤ ਨਹੀਂ ਹੋਵਾਂਗਾ ਕਿ ਜੇ ਘੰਟੇ ਵੀ ਬੋਲਦੀ ਹੈ ਕਿ ਕਈ ਘੰਟੇ ਫਸਣਾ ਪੈ ਜਾਂਦਾ ਲੋਕਾਂ ਨੂੰ ਖਾਸ ਕਰ ਲੁਧਿਆਣਾ ਦੇ ਵਿੱਚ ਦੋ ਫੈਕਟਰੀਆਂ ਤੋਂ ਛੁੱਟੀ ਹੁੰਦੀ ਹੈ ਤੁਸੀਂ ਬਾਈਪਾਸ ਵਾਲਾ ਇਲਾਕਾ ਦੇਖੋਗੇ ਜਦੋਂ ਤੁਸੀਂ ਬਸ ਜੋਧੇ ਨਾਲ ਤੋਂ ਸਮਰਾਲਾ ਚੌਕ ਵੱਲ ਨੂੰ ਜਾ ਰਹੇ ਹੋ ਜਾਂ ਕਿ ਗਿਲ ਚੌਕ ਵੱਲ ਨੂੰ ਜਾ ਰਹੇ ਹੋ ਉੱਥੇ ਇੰਨੀ ਜ਼ਿਆਦਾ ਸਮੱਸਿਆ ਹੈ ਟ੍ਰੈਫਿਕ ਦੀ ਕਿ ਜਿਹੜੇ ਲੋਕ ਲੁਧਿਆਣਾ ਨੂੰ ਪਾਰ ਕਰਕੇ ਕਿਸੇ ਹੋਰ ਸ਼ਹਿਰ 'ਚ ਵੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਜਾਮ ਦੇ ਵਿੱਚ ਫਸਣਾ ਪੈਂਦਾ ਹੈ ਅੰਮ੍ਰਿਤਸਰ ਦੇ ਵਿੱਚ ਰੋਜ਼ਾਨਾ ਕੋਈ ਨਾ ਕੋਈ ਜਿਹੜੀ ਟ੍ਰੈਫਿਕ ਨੂੰ ਲੈ ਕੇ ਖਬਰ ਸਾਡੇ ਸਾਹਮਣੇ ਆ ਰਹੀ ਹੈ ਰੋਜ਼ਾਨਾ ਜਿਹੜੀ ਉੱਥੇ ਦੀ ਟ੍ਰੈਫਿਕ ਪੁਲਿਸ ਦੀ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੇਸ ਨੂੰ ਪਿੱਕ ਢੰਗ ਦੇ ਨਾਲ ਚਲਾਇਆ ਜਾਵੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀ ਸਰਦੀਆਂ ਦੀਆਂ ਛੁੱਟੀਆਂ ਹੋਣ ਦੇ ਲਈ ਔਰ ਸਰਦੀ ਦਾ ਮੌਸਮ ਹੋਣ ਕਾਰਨ ਲੋਕ ਬਹੁਤ ਜ਼ਿਆਦਾ ਗੱਡੀਆਂ ਤੇ ਟਰੈਵਲ ਕਰ ਰਹੇ ਨੇ ਬਹੁਤ ਜ਼ਿਆਦਾ ਜਿਹੜੇ ਲੋਕ ਮੰਨ ਲਓ ਕਿ ਕੋਈ ਟੂ-ਵੀਲਰ ਤੇ ਨਿਕਲਦਾ ਸੀਗਾ ਉਹ ਹੁਣ ਫੋਰ-ਵੀਲਰ ਤੇ ਨਿਕਲਦਾ ਕਿਉਂਕਿ ਠੰਡ ਸੀਗੀ ਠੰਡ ਤੋਂ ਬਚਣ ਦੇ ਲਈ ਗੱਡੀਆਂ ਦਾ ਇਸਤੇਮਾਲ ਕਰ ਰਹੇ ਨੇ ਗੱਡੀਆਂ ਦਾ ਇਸਤੇਮਾਲ ਕਰ ਰਹੇ ਨੇ ਤੇ ਜ਼ਾਹਿਰ ਜੀ ਗੱਲ ਹੈ ਕਿ ਸੜਕਾਂ ਤੇ ਟਰੈਫਿਕ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਮੈਂ ਹਜੇ ਸਿਰਫ ਤਿੰਨ ਸ਼ਹਿਰਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੂੰ ਆਪਾਂ ਵੱਡੀ ਸਮੱਸਿਆ ਵਾਂਗ ਦੇ ਟ੍ਰੈਫਿਕ ਦੀ ਸਮੱਸਿਆ ਦਾ ਸਮੱਸਿਆ ਇੱਕ ਬਹੁਤ ਵੱਡੀ ਸਮੱਸਿਆ ਹੈ ਔਰ ਜੋ ਮੈਂ ਮਹਿਸੂਸ ਕਰ ਰਿਹਾ ਔਰ ਜੋ ਆਪਾਂ ਪ੍ਰੋਗਰਾਮ ਚਲਾ ਰਹੇ ਜਿਵੇਂ ਤੁਸੀਂ ਜ਼ਿਕਰ ਕੀਤਾ ਸਬਕ ਦਾ ਸਬਕ ਇੱਕ ਸਾਡਾ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਆਪਾਂ ਅਲੱਗ-ਅਲੱਗ ਸਮੱਸਿਆਵਾਂ ਇੰਡੀਆ ਦੇ ਵਿੱਚ ਹੀ ਉਹਦੇ ਹੱਲ ਲੱਭ ਰਹੇ ਹਾਂ ਅਸੀਂ ਅਕਸਰ ਕਹਿੰਦੇ ਨੇ ਕਿ ਵਿਦੇਸ਼ੀ ਮੁਲਕਾਂ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਇੰਦਾ ਸਿੰਗਾਪੂਰ ਦੇ ਵਿੱਚ ਇੰਦਾ ਲੰਡਨ ਦੇ ਵਿੱਚ ਇੰਦਾ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਇਹ ਦਿਖਾ ਰਹੇ ਹਾਂ ਕਿ ਇੰਡੀਆ ਦੇ ਵਿੱਚ ਹੀ ਕੀ ਹੋ ਸਕਦਾ ਸਹੀ ਔਰ ਖਰਾਬ ਖਰਾਬ ਚੀਜ਼ਾਂ ਨੂੰ ਸਹੀ ਕਿਵੇਂ ਕੀਤਾ ਜਾ ਸਕਦਾ ਤਾਂ ਇੰਡੀਆ ਦੇ ਵਿੱਚ ਠੀਕ ਕਰਨ ਲਈ ਆਪਾਂ ਚੀਜ਼ਾਂ ਲੱਭੀਆਂ ਔਰ ਹైదరాబాద్ ਦੀ ਟੈਕਨੋਲੋਜੀ ਦਿਖਾਈ ਕਿ ਉਹਨਾਂ ਨੇ ਟ੍ਰੈਫਿਕ ਦੀ ਸਮੱਸਿਆ ਨੂੰ ਕਿਵੇਂ ਉਹਨੂੰ ਹੱਲ ਕੀਤਾ ਹੋਇਆ ਮਤਲਬ ਸਮੱਸਿਆ ਉੱਥੇ ਵੀ ਹੈ ਪਰ ਉਹਨੂੰ ਘਟਾਇਆ ਕਿਵੇਂ ਲੋਕਾਂ ਨੂੰ ਦਿੱਕਤਾਂ ਦਾ ਜ਼ਿਆਦਾ ਸਾਹਮਣਾ ਨਾ ਕਰਨਾ ਪਵੇ ਉਹਨੂੰ ਕਿਵੇਂ ਘਟਾਇਆ ਉਹ ਆਪਾਂ ਹైదరాబాద్ ਦੇ ਬਾਰੇ ਦੱਸਿਆ ਔਰ ਉਹ ਮੇਨ ਖਾਸ ਤੌਰ ਤੇ ਆਪਾਂ ਕੇ ਜ਼ਿਕਰ ਕਰਾਂਗੇ ਰਾਜ ਜੀ ਉਹ ਟੈਕਨੋਲੋਜੀ ਬੇਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੁਣ ਸਾਨੂੰ ਚਾਹੀਦਾ ਟੈਕਨੋਲੋਜੀ ਲੈਣੀ ਪੈਣੀ ਔਰ ਟੈਕਨੋਲੋਜੀ ਜਿਹੜੀ ਹੈ ਪੰਜਾਬ ਦੇ ਹਜੇ ਕਿਸੇ ਵੀ ਸ਼ਹਿਰ ਵਿੱਚ ਨਹੀਂ ਹੈਗੀ ਐਡਵਾਂਸ ਟੈਕਨੋਲੋਜੀ ਚਾਹੀਦੀ ਏ ਸਮਾਰਟ ਸਿਸਟਮ ਚਾਹੀਦਾ ਨਾ ਉਹ ਜਲੰਧਰ ਦੇ ਵਿੱਚ ਹੈ ਨਾ ਉਹ ਲੁਧਿਆਣਾ ਦੇ ਵਿੱਚ ਹੈ ਨਾ ਉਹ ਅੰਮ੍ਰਿਤਸਰ ਦੇ ਵਿੱਚ ਹੈ ਨਾ ਹੀ ਕੋਈ ਹੋਰ ਵੱਡੇ ਸ਼ਹਿਰ ਦੇ ਵਿੱਚ ਹੈ ਮਹੌਲੀ ਦੇ ਵਿੱਚ ਥੋੜੇ ਬਹੁਤ ਸਿਗਨਲਸ ਲੱਗੇ ਨੇ ਲੁਧਿਆਣਾ ਦੇ ਵਿੱਚ ਹੁਣ ਕੰਮ ਸ਼ੁਰੂ ਹੋਇਆ ਹੈ ਜਲੰਧਰ ਦੇ ਵਿੱਚ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਔਰ ਜਿਹੜੇ ਮੈਂ ਹైదరాబాద్ ਦੀ ਗੱਲ ਕਰ ਰਿਹਾ ਉਥੇ 2012 ਤੋਂ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਚੱਲ ਰਿਹਾ ਹੈ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਮਤਲਬ ਹੁੰਦਾ ਕਿ ਇੱਕ ਕੰਟਰੋਲ ਰੂਮ ਤੋਂ ਬਹਿ ਕੇ ਪੂਰੇ ਇੱਕ ਹੁੰਦਾ ਹੈ ਕਿ ਸੀਸੀਟੀਵੀ ਲਾਤੇ ਹੋ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਉਹ ਹੁੰਦੀ ਸਰਵੇਲੈਂਸ ਹਮਮ ਟ੍ਰੈਫਿਕ ਮੈਨੇਜਮੈਂਟ ਸਿਸਟਮ ਇੱਕ ਅਲੱਗ ਚੀਜ਼ ਹੈ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਕਿ ਇੱਕ ਜਗ੍ਹਾ ਤੇ ਬਹਿ ਕੇ ਤੁਸੀਂ ਉੱਥੋਂ ਹੀ ਕਮਰੇਜ ਬਹਿ ਕੇ ਸਿਗਨਲ ਵੀ ਆਪਰੇਟ ਕਰ ਸਕਦੇ ਹੋ ਤੁਸੀਂ ਉੱਥੋਂ ਬਹਿ ਕੇ ਲੋਕਾਂ ਨੂੰ ਵੀ ਦੇਖ ਸਕਦੇ ਹੋ ਤੁਸੀਂ ਉੱਥੋਂ ਬਹਿ ਕੇ ਹੀ ਚਲਾਨ ਵੀ ਕੱਟ ਸਕਦੇ ਹੋ ਜੇ ਕੋਈ ਵਾਈਲੇਸ਼ਨ ਕਰ ਰਿਹਾ ਹੈ ਤੁਸੀਂ ਉੱਥੇ ਬੈਠ ਕੇ ਲੋਕਾਂ ਤੱਕ ਮੈਸੇਜ ਵੀ ਪਹੁੰਚਾ ਸਕਦੇ ਹੋ ਤੁਸੀਂ ਉੱਥੇ ਬੈਠ ਕੇ ਕੋਈ ਰੂਟ ਤੁਸੀਂ ਡਾਇਵਰਟ ਕੀਤਾ ਕੁ ਧਰਨਾ ਲੱਗਾ ਕੋਈ ਸ਼ੋਭਾ ਯਾਤਰਾ ਨਿਕਲ ਰਹੀ ਹੈ ਕੋਈ ਰੂਟ ਡਾਇਵਰਟ ਹੋਇਆ ਉੱਥੋਂ ਬੈਠ ਕੇ ਤੁਸੀਂ ਸਾਰਾ ਸਿਸਟਮ ਜਿਹੜਾ ਆਪਣੇ ਸ਼ਹਿਰ ਵਾਸੀਆਂ ਤੱਕ ਪਹੁੰਚਾ ਸਕਦੇ ਹੋ ਐਸਐਮਐਸ ਦੇ ਰਾਹੀਂ ਤੁਸੀਂ ਟ੍ਰੈਫਿਕ ਦੀ ਕੋਈ ਰੂਟ ਡਾਇਵਰਟ ਹੈ ਕੋਈ ਟ੍ਰੈਫਿਕ ਦੀ ਸਮੱਸਿਆ ਹੈ ਕਿੱਥੇ ਟ੍ਰੈਫਿਕ ਬਲੌਕ ਹੈ ਉਹ ਤੁਸੀਂ ਐਸਐਮਐਸ ਕਰਕੇ ਆਪਣੇ ਸ਼ਹਿਰ ਵਾਸੀਆਂ ਨੂੰ ਪਹੁੰਚਾ ਸਕਦੇ ਹੋ ਈਮੇਲ ਕਰ ਸਕਦੇ ਹੋ ਵਟਸਐਪ ਕਰ ਸਕਦੇ ਹੋ ਤਾਂ ਇਹ ਇਹ ਮੇਰੇ ਕਹਿੰਦਾ ਮਤਲਬ ਹੈ ਕਿ ਇੰਟੀਗ੍ਰੇਟਿਡ ਮਤਲਬ ਕਿ ਟੈਕਨੋਲੋਜੀ ਦਾ ਸਹਾਰਾ ਲੈ ਕੇ ਟ੍ਰੈਫਿਕ ਮੈਨੇਜ ਕਰਨਾ ਚਾਹੀਦਾ ਹੈ ਔਰ ਉਹ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਵੱਡੇ ਸ਼ਹਿਰਾਂ ਤੁਸੀਂ ਨਾ ਟੈਕਨੀਕਲੀ ਇਸ ਚੀਜ਼ ਨੂੰ ਸਮਝਾਓ ਕਿਉਂਕਿ ਤੁਸੀਂ ਕਹਿਆ ਕਿ ਇੰਟੀਗ੍ਰੇਟਿਡ ਜਿਹੜਾ ਸਿਸਟਮ ਹੈਗਾ ਟ੍ਰੈਫਿਕ ਸਿਸਟਮ ਉਹ ਇੱਕ ਵਧੀਆ ਸਿਸਟਮ ਹੈ ਜਿਸ ਨੂੰ ਜਿਸ ਨਾਲ ਟ੍ਰੈਫਿਕ ਜਿਹੜਾ ਹੈ ਉਸ ਨੂੰ ਚਾਰੂ ਹੋ ਸਕਦਾ ਕਿਉਂਕਿ ਇਹਦੇ ਵਿੱਚ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਸਾਰੇ ਸ਼ਹਿਰ 'ਚ ਹੀ ਕਰਨਾ ਪੈਣਾ ਹਮੇਸ਼ਾ ਟ੍ਰੈਫਿਕ ਜਿਹੜਾ ਕੁਝ ਇਲਾਕਿਆਂ 'ਚ ਹੀ ਜਾਮ ਹੁੰਦਾ ਕਿਸੇ ਵੀ ਸ਼ਹਿਰ 'ਚ ਮੇਜਰ ਜੰਕਸ਼ਨਸ ਹੋਗੇ ਜਿਹਨਾਂ ਚੌਕ ਪੁਲਾਂ ਜਿਹੜੇ ਹੈਗੇ ਆ ਜੇ ਤਾਂ ਲੁਧਿਆਣਾ ਦੇ ਵਿੱਚ ਤੁਸੀਂ ਜਗਰਾਉਂ ਪੁਲ ਤੋਂ ਪਹਿਲਾਂ ਜਗਰਾਉਂ ਪੁਲ ਤੋਂ ਰੋਡ ਵੱਲ ਚੱਲੇ ਗਏ ਠੀਕ ਹੈ ਜੀ ਉਹ ਕਿਉਂਕਿ ਦੂਰ ਹੋਈ ਕਿਉਂਕਿ ਉਹ ਪੁਲ ਡਬਲ ਕਰ ਦਿੱਤਾ ਤੇ ਉੱਥੇ ਥੋੜੀ ਸਮੱਸਿਆ ਦੂਰ ਹੋ ਗਈ ਲੇਕਿਨ ਉਸ ਤੋਂ ਅੱਗੇ ਹੀ ਇੱਕ ਹੋਰ ਲਾਈਟਿੰਗ ਪੁਆਇੰਟ ਹੈਗਾ ਉੱਥੇ ਟ੍ਰੈਫਿਕ ਦੀ ਸਮੱਸਿਆ ਉਸ ਤੋਂ ਅੱਗੇ ਜਾ ਕੇ ਜਿਹੜਾ ਭ ਦੇ ਵਿੱਚ ਅੱਜ ਕੱਲ ਮੈਂ ਜੋ ਦੇਖਣ ਨੂੰ ਮਿਲਿਆ ਕਿਉਂਕਿ ਅੰਮ੍ਰਿਤਸਰ ਦੇ ਤਾਂ ਤੁਸੀਂ ਇੱਕ ਵੱਡੀ ਘਟਨਾ ਕੱਲ ਦੱਸ ਰਹੇ ਹੋ ਕਿ ਜਿਹੜਾ ਕਿਸੇ ਕੋਈ ਬੰਦਾ ਪੁਤਲੀ ਘਰ ਚੌਂਕ ਦੇ ਵਿੱਚ ਜਾਂ ਪੁਤਲੀ ਘਰ ਏਰੀਆ ਦੇ ਵਿੱਚ ਇੰਨੀ ਦੇ ਟ੍ਰੈਫਿਕ ਚ ਫਸਿਆ ਰਿਹਾ ਕਿ ਉਹਦਾ ਸਬਰ ਹੀ ਟੁੱਟ ਗਿਆ ਹੂੰ ਹੂੰ ਪੁਨਰ ਰਿਵੋਲਵਰ ਕੱਢ ਲਈ ਤੇ ਰਿਵੋਲਵਰ ਕੱਢਣਾ ਖੈਰ ਇਹਨੂੰ ਕੋਈ ਬਹੁਤ ਵਧੀਆ ਗੱਲ ਨਹੀਂ ਕਿਹਾ ਜਾ ਸਕਦਾ ਕਿ ਤੁਸੀਂ ਪਬਲਿਕ ਪਲੇਸ ਤੇ ਰਿਵੋਲਵਰ ਕੱਢ ਲਓ ਲੇਕਿਨ ਉਹ ਕਿੰਨਾ ਇਰੀਟੇਟ ਹੋ ਗਿਆ ਹੋਊਗਾ ਤੇ ਆਖਿਰ ਐਸੀ ਇੰਟੀਗ੍ਰੇਟਿਡ ਜਿਹੜੀ ਤੁਸੀਂ ਕਹਿ ਰਹੇ ਹੋ ਜਿਹੜਾ ਉਹ ਕੀਰ ਉਹ ਟੈਕਨੀਕਲੀ ਤੌਰ ਤੇ ਦੱਸੋ ਹਾ ਟੈਕਨੀਕਲੀ ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ ਮੈਂ ਇੱਕ ਇੱਕ ਚਾਰ ਚੀਜ਼ ਕਰਕੇ ਆਪਾਂ ਲੋਕਾਂ ਨੂੰ ਆਪਣੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਕਿਉਂਕਿ ਗੱਲ ਹైదరాబాద్ ਦੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੀ ਕਰਦੇ ਆਂ ਇੱਕ ਉਦਾਹਰਣ ਦੇ ਤੌਰ ਤੇ ਆਪਾਂ ਹైదరాబాద్ ਦੀ ਗੱਲ ਕਰ ਰਿਹਾ ਹਾਂ ਹైదరాబాద్ ਵਰਗਾ ਸਿਸਟਮ ਹైదరాబాద్ ਵਰਗਾ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੋਰਾਂ ਸ਼ਹਿਰਾਂ ਦੇ ਵਿੱਚ ਵੀ ਹੈ ਪਰ ਕਿਉਂਕਿ ਹైదరాబాద్ ਦੇ ਵਿੱਚ ਸਭ ਤੋਂ ਪਹਿਲਾਂ 2012 ਦੇ ਵਿੱਚ ਉਹਨਾਂ ਨੇ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਿਆਂਦਾ ਸੀਗਾ ਇਸ ਕਰਕੇ ਆਪਾਂ ਹైదరాబాద్ ਦੀ ਗੱਲ ਕਰਾਂਗੇ ਦੇ ਕਰੀਬ ਵੀਕਲਸ ਰਜਿਸਟਰਡ ਨੇ ਮੋਟਰਸਾਈਕਲ ਗੱਡੀਆਂ ਰਜਿਸਟਰਡ ਨੇ ਔਰ ਰੋਜ਼ਾਨਾ ਉੱਥੇ ਸੜਕਾਂ ਤੇ 25 ਤੋਂ 30 ਲੱਖ ਗੱਡੀਆਂ ਦੌੜਦੀਆਂ ਨੇ ਹੁਣ ਉੱਥੇ ਤੁਸੀਂ ਦੱਸੋ ਕਿ ਕੀ ਬਿਨਾ ਟੈਕਨੋਲੋਜੀ ਤੋਂ ਟ੍ਰੈਫਿਕ ਮੈਨੇਜ ਹੋ ਸਕਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਟ੍ਰੈਫਿਕ ਹੈ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੁੰਦਾ ਹੈ ਆਈਟੀਐਮਐਸ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਇੱਕ ਕੰਟਰੋਲ ਰੂਮ ਤੇ ਬਹਿ ਕੇ ਸਾਰੇ ਟ੍ਰੈਫਿਕ ਨੂੰ ਮੈਨੇਜ ਕਰਨਾ ਜਿਹੜੇ ਸਿਗਨਲਸ ਲੱਗੇ ਨੇ ਉਹਨਾਂ ਨੂੰ ਮੈਨੇਜ ਕਰਨਾ ਜੇ ਕੋਈ ਵਾਇਲੇਸ਼ਨ ਕਰ ਰਿਹਾ ਉਹਦਾ ਚਲਾਨ ਕੱਟਣਾ ਕੋਈ ਮੈਸੇਜ ਪਹੁੰਚਾਣਾ ਉਹ ਸਾਰਾ ਔਰ ਸੀਸੀਟੀਵੀ ਦੇ ਜ਼ਰੀਏ ਸਾਰੇ ਨਜ਼ਰ ਬਣਾਏ ਰੱਖਣਾ ਉਹ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਹਿੱਸਾ ਹੁੰਦਾ ਹੈ ਆਈਟੀਐਮਐਸ ਆਈਟੀਐਮਐਸ ਦੇ ਅੰਦਰ ਮੱਲੂ ਮੱਲੂ ਆਈਟੀਐਮਐਸ ਇੱਕ ਕੰਟਰੋਲ ਰੂਮ ਬਣ ਗਿਆ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਉਹਦੇ ਅੰਦਰ ਤੁਸੀਂ ਏਐਨਪੀਆਰ ਲਾਓਗੇ ਏਐਨਪੀਆਰ ਮਤਲਬ ਆਟੋਮੈਟਿਕ ਨੰਬਰ ਪਲੇਟ ਰੈਕਗਨਾਈਜ਼ੇਸ਼ਨ ਸਿਗਨਲਸ ਉੱਤੇ ਕੈਮਰਾ ਲੱਗ ਜਾਂਦੇ ਨੇ ਜੇ ਕੋਈ ਵਾਇਲੇਸ਼ਨ ਕਰ ਰਿਹਾ ਹੈ ਰੈੱਡ ਲਾਈਟ ਟੱਪੀ ਹੈਲਮਟ ਨਹੀਂ ਪਾਇਆ ਟ੍ਰਿਪਲਿੰਗ ਕੀਤੀ ਜਿਹੜਾ ਟ੍ਰੈਫਿਕ ਸਿਗਨਲ ਤੇ ਕੈਮਰਾ ਲੱਗਿਆ ਉਹਨੇ ਆਟੋਮੈਟਿਕਲੀ ਕਿਸੇ ਬੰਦੇ ਨੂੰ ਜਵਾਨ ਦੀ ਲੋੜ ਨਹੀਂ ਆਟੋਮੈਟਿਕਲੀ ਤੁਸੀਂ ਉਧਰ ਦਾ ਟ੍ਰੈਫਿਕ ਮੈਨੇਜਮੈਂਟ ਸਿਸਟਮ ਮੈਂ ਤੁਹਾਨੂੰ ਦੱਸ ਰਿਹਾ ਉਹਨੇ ਆਟੋਮੈਟਿਕਲੀ ਨੰਬਰ ਪਲੇਟ ਕੈਪਚਰ ਕਰਨੀ ਹੈ ਉਹ ਨੰਬਰ ਪਲੇਟ ਕੈਪਚਰ ਹੋਣ ਤੋਂ ਬਾਅਦ ਉਹ ਸੌਫਟਵੇਅਰ ਉਹ ਕੰਟਰੋਲ ਰੂਮ ਚ ਲੱਗਿਆ ਉਹਦਾ ਨੰਬਰ ਉਸ ਵਹੀਕਲ ਦਾ ਨੰਬਰ ਆ ਜਾਏਗਾ ਔਰ ਉਹਦੀ ਵੀਡੀਓ ਆਏਗੀ ਬਕਾਇਦਾ ਮੰਨ ਲਓ ਮੈਂ ਉਥੇ ਏ ਐਨ ਪੀ ਆਰ ਦੀ ਮੈਂ ਹਜੇ ਗੱਲ ਕਰ ਰਿਹਾ ਇੱਕ ਪਹਿਲੀ ਇੱਕ ਟੈਕਨੋਲੋਜੀ ਦੀ ਗੱਲ ਕਰ ਰਿਹਾ ਹਾਂ ਕਿ ਚਲਾਨ ਕਿਵੇਂ ਹੁੰਦੇ ਨੇ ਚਲਾਨੀ ਸਿਸਟਮ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਔਰ ਹైదరాబాద్ ਵਰਗੇ ਸ਼ਹਿਰ ਦੇ ਵਿੱਚ ਚਲਾਨੀ ਕੈਸ਼ਲੈਸ ਚਲਾਨ ਨੇ ਜਿੱਦਾਂ ਟ੍ਰੈਫਿਕ ਮੁਲਾਜ਼ਮ ਖੜਾ ਉਹਨੇ ਕੈਸ਼ ਨਹੀਂ ਲੈਣਾ ਬੈਂਕ ਅਕਾਊਂਟ ਦੇ ਵਿੱਚ ਤੁਹਾਡੇ ਤੁਸੀਂ ਸਿੱਧਾ ਜਿਹੜਾ ਹੈ ਉਹ ਟਰਾਂਸਫਰ ਕਰਨਾ ਹੈ ਚਲਾਨ ਆਪਣਾ ਜੇ ਤੁਹਾਡਾ ਚਲਾਨ ਹੋਇਆ ਆਪਣਾ ਫਾਈਨ ਤੁਸੀਂ ਸਿੱਧਾ ਬੈਂਕ ਅਕਾਊਂਟ ਦੇ ਵਿੱਚ ਸਬਮਿਟ ਕਰਨਾ ਹੈ ਤਾਂ ਚਲਾਨ ਹੁੰਦਾ ਕਿਵੇਂ ਹੈ ਏ ਐਨ ਪੀਆਰ ਦੀ ਮੈਂ ਗੱਲ ਕਰ ਰਿਹਾ ਫਿਰ ਮੈਂ ਇੱਕ ਵਾਰੀ ਦੱਸ ਦਿੰਦਾ ਆਟੋਮੈਟਿਕ ਨੰਬਰ ਪਲੇਟ ਰੈਕੋਗਨੀਸ਼ਨ ਉਹ ਕੈਮਰੇ ਨੇ ਜੇ ਮੈਂ ਮੰਨ ਲਓ ਰੈੱਡ ਲਾਈਟ ਕ੍ਰੋਸ ਕੀਤੀ ਮੈਂ ਵਾਇਲੇਸ਼ਨ ਕਰਤੀ ਉਹ ਕੈਮਰਾ ਨੇ ਮੇਰੇ ਵਹੀਕਲ ਦੀ ਨੰਬਰ ਪਲੇਟ ਆਪੇ ਰੈਕਗਨਾਈਜ਼ ਕਰਨੀ ਹੈ ਹਾਂ ਸਮਾਰਟ ਕੈਮਰਾ ਕਰਕੇ ਹਾਂਜੀ ਉਹਨੇ ਉਹ ਨੰਬਰ ਪਲੇਟ ਜਿਹੜੀ ਹੈ ਉਹ ਸੌਫਟਵੇਅਰ ਦੇ ਰਹੀ ਕੰਟਰੋਲ ਰੂਮ ਚ ਵਿੱਚ ਫੋਟੋ ਭੇਜੇ ਨਾਲ ਉਹਦੀ ਵੀਡੀਓ ਬਣਾ ਦੇਣੀ ਹੂੰ 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 ਉੱਥੇ ਬੈਠੇ ਮੁਲਾਜ਼ਮ ਨੇ ਦੇਖ ਲੈਣਾ ਕਿ ਕਿਹੜੇ ਕਿਹੜੇ ਜੰਕਸ਼ਨ ਤੇ ਵਾਇਲੇਸ਼ਨ ਹੋਈ ਰੈੱਡ ਲਾਈਟ ਦੀ ਵਾਇਲੇਸ਼ਨ ਕਿੱਥੇ ਕਿੱਥੇ ਹੋਈ ਉਹ ਵਾਇਲੇਸ਼ਨ ਜਦੋਂ ਕਲਿੱਕ ਕਰੂਗਾ ਵਾਇਲੇਸ਼ਨ ਸਾਰਾ ਉਹਦੇ ਕੋਲ ਆ ਜਾਏਗਾ ਮੇਰੀ ਵੀਡੀਓ ਵੀ ਉਹਦੇ ਕੋਲ ਚਲੀ ਜਾਏਗੀ ਉਹਨਾਂ ਨੇ ਦੇਖਣਾ ਕਿ ਹਾਂ ਵੀ ਇਸ ਬੰਦੇ ਨੇ ਰੈੱਡ ਲਾਈਟ ਦਾ ਕ੍ਰੋਸ ਕੀਤੀ ਹੈ ਉਹਦਾ ਨੰਬਰ ਨੰਬਰ ਖੋਲਿਆ ਮੇਰਾ ਨਾਮ ਆ ਗਿਆ ਸਿੱਧਾ ਮੇਰੇ ਨਾਮ ਦਾ ਚਲਾਨ ਜਿਹੜਾ ਉਹ ਆਨਲਾਈਨ ਮੇਰੇ ਮੋਬਾਈਲ ਨੰਬਰ ਤੇ ਉਹਦਾ ਆ ਜਾਏਗਾ ਮੈਸੇਜ ਆ ਜਾਏਗਾ ਕਿ ਮੈਂ ਰੈੱਡ ਲਾਈਟ ਕ੍ਰੋਸ ਕੀਤੀ ਸੀ ਮੈਂ ਚਲਾਨ ਮੇਰਾ ਕਟਿਆ ਗਿਆ ਇਹ ਮੇਰਾ ਚਲਾਨ ਨੰਬਰ ਹੈ ਮੈਂ ਉੱਥੇ ਜਾ ਕੇ ਸਬੂਤ ਵੀ ਦੇਖ ਸਕਦਾ ਉੱਥੇ ਜਾ ਕੇ ਮਤਲਬ ਉਹ ਵੈਬਸਾਈਟ ਤੇ ਜਾ ਕੇ ਮੈਨੂੰ ਕਿਤੇ ਦਫ਼ਤਰ ਚ ਜਾਣ ਦਾ ਲੋੜ ਨਹੀਂ ਮੈਨੂੰ ਕਿਤੇ ਕਚੇਰੀ ਚ ਮਤਲਬ ਐਦਾਂ ਲੋੜ ਨਹੀਂ ਹੈ ਮੈਂ ਉੱਥੇ ਸਬੂਤ ਦੇਖ ਸਕਦਾ ਕਿ ਹਾਂ ਵੀ ਇਹਨਾਂ ਦੇ ਕੋਲ ਸਬੂਤ ਹੈ ਮੈਂ ਟ੍ਰੈਫਿਕ ਲਾਈਟ ਕ੍ਰੋਸ ਕੀਤੀ ਸੀਗੀ ਤੇ ਵਾਇਲੇਸ਼ਨ ਕੀਤੀ ਹੈ ਮੇਰਾ ਚਲਾਨ ਬਣ ਕੇ ਆ ਗਿਆ ਮੈਂ ਆਨਲਾਈਨ ਹੀ ਉਹ ਚਲਾਨ ਭਰ ਦੇਣਾ ਇੱਕ ਤਾਂ ਚਲਾਨਿੰਗ ਸਿਸਟਮ ਹੋ ਗਿਆ ਦੂਜਾ ਜਿਹੜਾ ਟ੍ਰੈਫਿਕ ਮੈਨੇਜ ਹੋਣਾ ਉਹ ਹੁਣ ਇਸ ਵੇਲੇ ਹੈਗੇ ਨੇ ਏਟੀਸੀਐਸ ਯੂਨ ਅੱਜਕੱਲ ਜਿਹੜੇ ਇੰਡੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ ਲੱਗੇ ਹੋਏ ਨੇ ਐਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਐਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਦਾ ਮਤਲਬ ਇਹ ਹੈ ਕਿ ਐਡੈਪਟਿਵ ਮਤਲਬ ਇੱਕ ਸਿਗਨਲ ਦੂਜਾ ਸਿਗਨਲ ਆਪਸ ਇੰਟਰਕਨੈਕਟਿਡ ਨੇ ਉਹ ਵਾਲਾ ਸਿਗਨਲ ਓਬਲ ਸਿਗਨਲ ਨੂੰ ਦੱਸ ਰਿਹਾ ਕਿ ਮੇਰੇ ਤੋਂ ਇੰਨਾ ਟ੍ਰੈਫਿਕ ਦਾ ਲੋਡ ਗਿਆ ਹੀ ਹੁਣ ਤੇਰੇ ਵੱਲ ਇੰਨਾ ਆ ਰਿਹਾ ਤੂੰ ਇੰਨਾ ਡਿਊਰੇਸ਼ਨ ਦੇ ਏਟੀਸੀ ਸਿਗਨਲਸ ਇਹਨੂੰ ਕਹਿੰਦੇ ਨੇ ਐਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਇਹਦੇ ਨਾਲ ਕੀ ਹੁੰਦਾ ਹੈ ਇਹ ਇਹ ਟ੍ਰੈਫਿਕ ਕੰਟਰੋਲ ਜਿਹੜਾ ਹੈ ਇਹ ਆਟੋਮੈਟਿਕਲੀ ਮਤਲਬ ਮੰਨ ਲਓ ਤੁਸੀਂ ਉਦਾਹਰਣ ਲੈ ਲਓ ਤੁਸੀਂ ਲੁਧਿਆਣੇ ਦੀ ਲੈ ਲਓ ਜਾਂ ਜਲੰਧਰ ਦੀ ਆਪਾਂ ਉਦਾਹਰਣ ਲੈ ਲੈਂਦੇ ਹਾਂ ਜਲੰਧਰ ਦਾ ਫੁੱਟਬਾਲ ਚੌਂਕ ਅਸੀਂ ਮੰਨ ਲੈਂਦੇ ਹਾਂ ਫੁੱਟਬਾਲ ਚੌਂਕ ਤੇ ਮੰਨ ਲਓ ਤੁਸੀਂ ਏਟੀਸੀ ਸਿਗਨਲਸ ਲਗਾਤੇ ਐਡੈਪਟਿਵ ਟ੍ਰੈਫਿਕ ਕੰਟਰੋਲ ਸਿਗਨਲਸ ਲਗਾ ਦੇਖਣਾ ਕਿ ਸ਼ਾਮ ਵੇਲੇ ਰਸ਼ ਜ਼ਿਆਦਾ ਹੈ ਸੈਂਸਰ ਲੱਗੇ ਨੇ ਸਿਗਨਲਸ ਤੇ ਉਹਨੇ ਸੈਂਸ ਕਰਨਾ ਹੈ ਰਸ਼ ਜ਼ਿਆਦਾ ਉਹਨੇ ਗ੍ਰੀਨ ਲਾਈਟ ਦੀ ਡਿਊਰੇਸ਼ਨ ਵਧਾ ਦੇਣੀ ਹੈ ਓਕੇ ਇੱਕ ਪਾਸੇ ਦੀ ਡਿਊਰੇਸ਼ਨ ਵਧਾ ਦੇਣੀ ਹੈ ਉਸੇ ਸਿਗਨਲਸ ਨੇ ਦੇਖਣਾ ਕਿ ਇਸ ਪਾਸੇੋਂ ਜਿਹੜੀ ਸਿਗਨਲ ਰਸ਼ ਘਟ ਹੈ ਉਹਦੀ ਡਿਊਰੇਸ਼ਨ ਘਟਾ ਦੇਣੀ ਹੈ ਘਟਾ ਦੇਣੀ ਜੇ ਬਾਈਕਸ ਇਧਰ ਡਿਊਰੇਸ਼ਨ ਸਿਗਨਲ ਰਸ਼ ਜ਼ਿਆਦਾ ਹੋ ਰਿਹਾ ਇਹਨੇ ਇਧਰਲੇ ਪਾਸੇ ਦੀ ਡਿਊਰੇਸ਼ਨ ਵਧਾ ਦੇਣੀ ਹੈ ਉਧਰ ਘਟਾ ਦੇਣੀ ਹੈ ਫਿਰ ਜੇ ਮੰਨ ਲਓ ਕਿ 60 ਸੈਕਿੰਡ ਦਾ ਸਿਗਨਲ ਇਸ ਪਾਸੇ ਦਿੱਤਾ ਆਇਆ ਪਰ ਇਧਰ 40 ਸਕਿੰਟ ਦੇ ਵਿੱਚ ਹੀ ਸਿਗਨਲ ਕਲੀਅਰ ਹੋ ਗਿਆ ਹੋ ਸਕਦਾ ਪਰ ਉਹ ਜਿਹੜੇ 20 ਸਕਿੰਟ ਬਚ ਗਏ ਨੇ ਉਸੇ ਵੇਲੇ ਉਹ ਸਿਗਨਲ ਨੇ ਰੈੱਡ ਹੋ ਜਾਣਾ ਉਹਦੇ 20 ਸਕਿੰਟ ਜਿਹੜੇ ਨੇ ਅਗਲੇ ਸਿਗਨਲ ਤੇ ਟਰਾਂਸਫਰ ਹੋ ਜਾਣਗੇ ਮਿਲ ਜਾਣਗੇ ਇਹਨੂੰ ਕਹਿੰਦੇ ਐਡਪਟਿਵ ਟਰੈਫਿਕ ਕੰਟਰੋਲ ਸਿਸਟਮ ਕਿ ਐਡਪਟਿਵ ਹੈ ਔਰ ਐਡਾਪਟ ਕਰ ਰਿਹਾ ਜੋ ਲਾਈਵ ਰਸ਼ ਹੈ ਟਰੈਫਿਕ ਦੀ ਜਿੰਨਾ ਲੋਡ ਹੈ ਸੜਕਾਂ ਤੇ ਉਹਨੂੰ ਐਡਾਪਟ ਕਰ ਰਿਹਾ ਐਡਾਪਟ ਕਰਨ ਤੋਂ ਬਾਅਦ ਜਿਹੜੇ ਸਿਗਨਲਸ ਨੇ ਉਸ ਤਰ੍ਹਾਂ ਕੰਮ ਕਰ ਰਹੇ ਨੇ ਔਰ ਇਹੀ ਮੈਨੂੰ ਲੱਗਦਾ ਕਿ ਇਸ ਵੇਲੇ ਪੰਜਾਬ ਦੇ ਹਰ ਵੱਡੇ ਸ਼ਹਿਰ ਦੇ ਉਦੇ ਹਰ ਵੱਡੇ ਜੰਕਸ਼ਨ ਤੇ ਐਡਪਟਿਵ ਟ੍ਰੈਫਿਕ ਕੰਟਰੋਲ ਸਿਗਨਲਸ ਚਾਹੀਦੇ ਨੇ ਇਹਦੇ ਨਾਲ ਬਹੁਤ ਜ਼ਿਆਦਾ ਸਮੱਸਿਆ ਜਿਹੜੀ ਹੈ ਉਹ ਟ੍ਰੈਫਿਕ ਦੀ ਹੱਲ ਹੋ ਜਾਂਦੀ ਹੈ ਮੰਨ ਲਓ ਤੁਸੀਂ ਮੈਂ ਫੁੱਟਬਾਲ ਚੌਂਕ ਦੀ ਗੱਲ ਕਰ ਰਿਹਾ ਹਾਂ ਐਡਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਚ ਇਹ ਵੀ ਹੁੰਦਾ ਹੈ ਕਿ ਫੁੱਟਬਾਲ ਚੌਂਕ ਤੇ ਮੈਨੂੰ ਗ੍ਰੀਨ ਲਾਈਟ ਮਿਲ ਗਈ ਮੈਂ ਨਿਕੋਦਰ ਚੌਂਕ ਜਾ ਰਿਹਾ ਮੈਨੂੰ ਉੱਥੇ ਵੀ ਗ੍ਰੀਨ ਲਾਈਟ ਮਿਲੇਗੀ ਸਿਸਟਮ ਇਦਾਂ ਦਾ ਬਣਾਇਆ ਉਹਨਾਂ ਨੇ ਮੈਂ ਆਕੇ ਗੁਰਨਾਗ ਸਿੰਘ ਚੌਕ ਜਾ ਰਿਹਾ ਹਾਂ ਗੁਲਦਰ ਚੌਕ ਤੋਂ ਟੱਪ ਕੇ ਮੈਨੂੰ ਉੱਥੇ ਵੀ ਗ੍ਰੀਨ ਲਾਈਟ ਮਿਲੇਗੀ ਅੱਗੇ ਬੀਐਮਸੀ ਚੌਕ ਆਇਆ ਉੱਥੇ ਵੀ ਗ੍ਰੀਨ ਲਾਈਟ ਮਿਲੇਗੀ ਇਸੇ ਤਰ੍ਹਾਂ ਜੇ ਮੈਂ ਜਗਰਾਉ ਲੁਧਿਆਣੇ ਦੀ ਗੱਲ ਕਰਾਂਗਾ ਤੇ ਜੇ ਮੈਂ ਲੁਧਿਆਣੇ ਤੋਂ ਜਗਰਾਉ ਪੁਲ ਤੋਂ ਸੱਜੇ ਹੱਥ ਮੋੜ ਜੰਦਾ ਤੇ ਮੈਨੂੰ ਜਿਹੜਾ ਪਹਿਲਾ ਮਾਤਾ ਰਾਣੀ ਚੌਕ ਸ਼ਾਇਦ ਉਹਨੂੰ ਕਹਿੰਦੇ ਨੇ ਉੱਥੇ ਵੀ ਗ੍ਰੀਨ ਜੇ ਮੈਨੂੰ ਉੱਥੇ ਗ੍ਰੀਨ ਲਾਈਟ ਮਿਲ ਗਈ ਤਮੀਨੋ ਕੇ ਜਿਹੜਾ ਭਾਰਤ ਨਗਰ ਚੋਂ ਕਾਏਗਾ ਉੱਥੇ ਵੀ ਗ੍ਰੀਨ ਲਾਈਟ ਮਿਲੇਗੀ ਉਸ ਤੋਂ ਬਾਅਦ ਆਕੇ ਪਾਰਕ ਪਲਾਜ਼ਾ ਦਾ ਜਿਹੜਾ ਪਾਰਕ ਪਲਾਜ਼ਾ ਤੋਂ ਪਹਿਲੇ ਜਿਹੜੇ 2-3 ਟ੍ਰੈਫਿਕ ਲਾਈਟਸ ਆਂਦੀਆਂ ਨੇ ਉੱਥੇ ਵੀ ਮੈਨੂੰ ਗ੍ਰੀਨ ਲਾਈਟ ਮਿਲੇਗੀ ਤਾਂ ਇਸ ਤਰ੍ਹਾਂ ਦਾ ਐਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਜਿਹੜਾ ਹੈ ਉਹ ਸਿਗਨਲਸ ਕੰਮ ਕਰਦੇ ਨੇ ਔਰ ਇਸੇ ਤਰ੍ਹਾਂ ਦਾ ਐਡੈਪਟਿਵ ਟ੍ਰੈਫਿਕ ਕੰਟਰੋਲ ਜਿਹੜਾ ਹੈ ਉਹ ਲੁਧਿਆਣਾ ਅੰਮ੍ਰਿਤਸਰ ਜਲੰਧਰ ਤੇ ਖਾਸ ਖਾਸ ਤੌਰ ਤੇ ਇਹਨਾਂ ਸ਼ਹਿਰਾਂ ਦੇ ਵਿੱਚ ਤਾਂ ਜਿਵੇਂ ਜਿਵੇਂ ਟ੍ਰੈਫਿਕ ਦਾ ਲੋਡ ਵੱਧ ਰਿਹਾ ਪੰਜਾਬ ਦੇ ਉਹਨਾਂ ਦੇ ਵਿੱਚ ਤਾਂ ਚਾਹੀਦਾ ਹੀ ਹੈ ਤੁਸੀਂ ਅਗਲਾ ਵੀ ਗ੍ਰੀਨ ਮਿਲ ਰਿਹਾ ਅਗਲਾ ਵੀ ਗ੍ਰੀਨ ਮਿਲ ਰਿਹਾ ਤੇ ਤੁਹਾਡਾ ਟਾਈਮ ਕਿੰਨਾ ਬਚਦਾ ਔਰ ਜਿਹੜੇ ਟ੍ਰੈਫਿਕ ਕੰਟਰੋਲ ਸਿਸਟਮ ਨੇ ਜ਼ਰੂਰੀ ਨਹੀਂ ਹੈ ਜੇ ਸ਼ਾਮ ਦਾ ਇੱਥੇ ਕੀ ਹੁੰਦਾ ਕਿ ਹੁਣ ਮੈਨੂਅਲੀ ਸੈੱਟ ਕਰਨੀ ਪੈਂਦੀਆਂ ਨੇ ਜੇ ਇਹਨਾਂ ਨੇ ਇੱਕ ਵਾਰੀ ਟਾਈਮ ਇਅਰ ਸੈੱਟ ਕਰਤਾ ਕਿ 1 ਮਿੰਟ ਤੱਕ ਇਹ ਰੈੱਡ ਲਾਈਟ ਰਹੇਗੀ ਉਹ 1 ਮਿੰਟ ਤੱਕ ਚੱਲਦੀ ਰਹਿਣੀ ਹੈ ਐਡੈਪਟਿਵ ਟ੍ਰੈਫਿਕ ਕੰਟਰੋਲ ਚ ਕੀ ਹੋਏਗਾ ਕਿ ਸ਼ਾਮ ਨੂੰ ਜੇ ਉਹਨੇ 1 ਮਿੰਟ ਰੈੱਡ ਲਾਈਟ ਰੱਖਣੀ ਹੈ ਹੋ ਸਕਦਾ ਹੈ ਕਿ ਰਾਤ ਨੂੰ ਉਹਨੂੰ 1 ਮਿੰਟ ਨਹੀਂ ਚਾਹੀਦਾ ਉਹਨੇ ਘਟਾ ਕੇ 30 ਸੈਕਿੰਡ ਰੈਡ ਲਾਈਟ ਕਰ ਦੇਣੀ ਮਤਲਬ ਜਿਹੜਾ ਰਾਤ ਨੂੰ ਬੰਦਾ ਕੋਈ ਟਰੈਵਲ ਕਰ ਰਿਹਾ ਉਹਨੂੰ 1 ਮਿੰਟ ਰੁਕਣ ਦੀ ਉੱਥੇ ਲੋੜ ਨਹੀਂ ਹੈ ਉਹਨੇ 30 ਸੈਕਿੰਡ ਦੇ ਵਿੱਚ ਹੀ ਰੈਡ ਲਾਈਟ ਜਿਹੜੀ ਉਹ ਪਾਰ ਕਰ ਲੈਣੀ ਹੈ ਔਰ ਇਸੇ ਤਰ੍ਹਾਂ ਜੇ ਇੱਕ ਸਿਗਨਲ ਤੇ ਕੰਜੈਸ਼ਨ ਨਹੀਂ ਹੋਏਗੀ ਜੇ ਇੱਕ ਸਿਗਨਲ ਸਮੂਥਲੀ ਰਨ ਕਰੇਗਾ ਅਗਲੇ ਸਿਗਨਲ ਵੀ ਸਾਰੇ ਸਮੂਥਲੀ ਰਨ ਕਰਨਗੇ ਤੇ ਇਹ ਤਾਂ ਇੱਕ ਏਟੀਸੀ ਸਿਗਨਲਸ ਦੀ ਜੇ ਮੈਂ ਗੱਲ ਕਰਾਂ ਕਿ ਟ੍ਰੈਫਿਕ ਲਾਈਟਸ ਕਿਸ ਤਰ੍ਹਾਂ ਦੀ ਹੋਣੀਆਂ ਨੇ ਤਾਂ ਉਹ ਟ੍ਰੈਫਿਕ ਲਾਈਟਸ ਏਟੀਸੀ ਸਿਗਨਲਸ ਇਸ ਵੇਲੇ ਜਿਹੜੀ ਐਡ ਹੋਣੇ ਚਾਹੀਦੇ ਨੇ ਜਿਹੜੇ ਸਿਗਨਲ ਆਪ ਸਮਾਰਟਲੀ ਕੰਮ ਕਰਨ ਟ੍ਰੈਫਿਕ ਦੀ ਕੰਜੈਸ਼ਨ ਦੇਖਣ ਟ੍ਰੈਫਿਕ ਦਾ ਲੋਡ ਦੇਖਣ ਔਰ ਉਸੇ ਹਿਸਾਬ ਦੇ ਨਾਲ ਉਹ ਟਾਈਮਿੰਗ ਸੈੱਟ ਕਰਨ ਕਿ ਕਿੰਨੀ ਦੇਰ ਕਿਸ ਰੋਡ ਨੂੰ ਗ੍ਰੀਨ ਲਾਈਟ ਦੇਣੀ ਹੈ ਕਿੰਨੀ ਦੇਰ ਕਿਸ ਰੋਡ ਨੂੰ ਰੈੱਡ ਲਾਈਟ ਦੇਣੀ ਹੈ ਇਹ ਇਹ ਇੱਕ ਇੱਕ ਉਦਾਹਰਨ ਮੈਂ ਦੱਸ ਸਕਦਾ ਤੁਹਾਨੂੰ ਤੁਸੀਂ ਉਦਾਹਰਨ ਦਿੱਤੀ ਹੈ ਹਾਇਦਰਾਬਾਦ ਦੀ ਪੰਜਾਬ ਦੇ ਵਿੱਚ ਥੋੜੀ ਜਿਹੀ ਨੇਚਰ ਦਾ ਫਰਕ ਹੈ ਮਤਲਬ ਮੈਨੂੰ ਲੱਗਦਾ ਹੈ ਇਹ ਕਿਉਂਕਿ ਮੈਂ ਪੰਜਾਬ ਚ ਹੀ ਜਮੇ ਆ ਤੇ ਪੜਿਆ ਹਾਂ ਤੇ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਲੋਕ ਥੋੜਾ ਇਸ ਚੀਜ਼ ਨੂੰ ਮੰਨਣ ਲਈ ਨਾ ਮਤਲਬ ਤਿਆਰ ਨਹੀਂ ਹੁੰਦੇ ਪਹਿ ਦੇਖਿਆ ਜੇ ਉਹਨਾਂ ਨੂੰ ਲੱਗਾ ਕਿ ਯਾਰ ਇਸ ਪਾਸੇ ਕੋਈ ਗੱਡੀ ਨਹੀਂ ਆ ਰਹੀ ਭਾਵੇਂ ਉਹ ਗ੍ਰੀਨ ਸਿਗਨਲ ਹੀ ਹੈ ਉਸ ਪਾਸੇ ਜੇ ਕੋਈ ਗੱਡੀ ਨਹੀਂ ਆ ਰਹੀ ਤੇ ਉਹਨਾਂ ਨੇ ਉਹ ਕ੍ਰੋਸ ਕਰ ਲੈਣਾ ਚਾਹੇ ਉਹਨਾਂ ਵੱਲੋਂ ਰੈੱਡ ਲਾਈਟ ਹੀ ਹੋਵੇ ਇਹ ਜਦੋਂ ਤੁਸੀਂ ਜਿਸ ਸਿਸਟਮ ਦੀ ਗੱਲ ਕਰ ਰਹੇ ਹੋ ਇਸ ਸਿਸਟਮ ਦੇ ਤੁਸੀਂ ਕਿਹਾ ਕਿ ਉਹ ਆਨਲਾਈਨ ਚਲਾਨ ਸਿਸਟਮ ਜਿਹੜਾ ਹੈਗਾ ਯਾਨੀ ਉਹ ਨੰਬਰ ਪਲੇਟ ਦੇਖ ਕੇ ਚਲਾਨ ਸਿਸਟਮ ਤੇ ਉਹਦੇ ਚ ਕੀ ਹੁੰਦਾ ਹੈ ਕਿ ਜਿਹੜਾ ਬੰਦਾ ਚਲੇ ਗਿਆ ਹੁਣ ਉਹਦੀ ਇੱਕ ਤਾਂ ਵਾਇਲੇਸ਼ਨ ਹੋ ਗਈ ਟ੍ਰੈਫਿਕ ਦੀ ਵਾਇਲੇਸ਼ਨ ਹੋ ਗਈ ਇੱਕ ਇਹ ਹੋ ਗਿਆ ਕਿ ਉਹ ਅਹ ਟ੍ਰੈਫਿਕ ਦੀ ਵਾਇਲੇਸ਼ਨ ਕਰ ਦਿੱਤੀ ਉਹਨੇ ਇੱਕ ਦੂਜੇ ਪਾਸੇ ਇੱਕ ਹੀ ਦੂਜੇ ਇੱਕ ਪਾਸੇ ਜਿਹੜਾ ਜਿਸ ਪਾਸੇ ਟ੍ਰੈਫਿਕ ਆਲਰੇਡੀ ਦਬਾਅ ਬਣਿਆ ਹੋਇਆ ਵਾ ਉਸ ਪਾਸੇ ਗ੍ਰੀਨ ਲਾਈਟ ਹੈ ਨਹੀਂ ਰੈੱਡ ਲਾਈਟ ਹੈ ਜਿਸ ਪਾਸੇ ਖਾਲੀ ਹੈ ਉਸ ਪਾਸੇ ਇੱਕ ਤਾਂ ਉਧਰ ਗੱਡੀ ਕੋਈ ਨਹੀਂ ਹੈ ਗ੍ਰੀਨ ਲਾਈਟ ਜਗ ਰਹੀ ਹੈ ਤੇ ਲਾਲ ਵਾਲਾ ਪਾਸਾ ਜਿਹੜਾ ਹੈਗਾ ਜਿਹੜਾ ਉੱਥੋਂ ਬੰਦਾ ਨਿਕਲ ਕੇ ਚਲੇ ਗਿਆ ਤੇ ਇੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਇਹ ਸਿਸਟਮ ਕਾਮਯਾਬ ਹੋ ਸਕਦਾ ਹੈ ਜੇ ਤੁਸੀਂ ਹైదరాబాద్ ਦੀ ਗੱਲ ਕਰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਇੰਡੀਆ ਦੇ ਵਿੱਚ ਇਹੀ ਨੇਚਰ ਹੈ ਲੋਕਾਂ ਵੀ ਜ਼ਿਆਦਾਤਰ ਇੰਡੀਆ ਦੇ ਸ਼ਹਿਰਾਂ ਦੇ ਉਹਦੇ ਵਿੱਚ ਜਿਹੜੀ ਲੋਕਾਂ ਦੀ ਨੇਚਰ ਹੈ ਉਹ ਇਸ ਤਰ੍ਹਾਂ ਦੀ ਹੈ ਪੇਸ਼ੀਅੰਸ ਬਹੁਤ ਘੱਟ ਹੈ ਨੀਮਾਂ ਦੀ ਪਾਲਣਾ ਕਰਵਾਣੀ ਲੋਕਾਂ ਤੋਂ ਬਹੁਤ ਔਖੀ ਹੈ ਚਾਹੇ ਪੰਜਾਬ ਹੋਵੇ ਚਾਹੇ ਹైదరాబాద్ ਹੋਵੇ ਹਰ ਜਗ੍ਹਾ ਤੇ ਉਹਦੇ ਵਿੱਚ ਮੈਂ ਜੋ ਮਹਿਸੂਸ ਕੀਤਾ ਕਿ ਪ੍ਰਸ਼ਾਸਨ ਨੇ ਸਖਤੀ ਕੀਤੀ ਮੰਨ ਲਓ ਥੜਾ ਥੜਾ ਚਲਾਨ ਕੱਟਣੀ ਸ਼ੁਰੂ ਕਰਤੇ ਤੁਹਾਨੂੰ ਤਾਂ ਪਤਾ ਹੀ ਨਹੀਂ ਤੁਹਾਡੇ ਤੁਸੀਂ ਵਾਇਲੇਸ਼ਨ ਕੀਤੀ ਰੈੱਡ ਲਾਈਟ ਦੀ ਤੁਸੀਂ ਹੈਲਮਟ ਨਹੀਂ ਪਾਇਆ ਤੁਹਾਡਾ ਚਲਾਨ ਹੋ ਗਿਆ ਤੁਹਾਨੂੰ ਪਤਾ ਹੀ ਨਹੀਂ ਉਹ ਤਾਂ ਤੁਹਾਨੂੰ ਥੋੜੀ ਦੇਰ ਬਾਅਦ ਪਤਾ ਲੱਗ ਰਿਹਾ ਕਿ ਮੈਨੂੰ ਚਲਾਨ ਪਹੁੰਚ ਗਿਆ ਨਾ ਤੁਸੀਂ ਉੱਥੇ ਟ੍ਰੈਫਿਕ ਮੁਲਾਜ਼ਮ ਨੂੰ ਪੈਸੇ ਦੇ ਸਕਦੇ ਹੋ ਨਾ ਟ੍ਰੈਫਿਕ ਮੁਲਾਜ਼ਮ ਨੇ ਉੱਥੇ ਕੀ ਤੁਹਾਡਾ ਚਲਾਨ ਹੋ ਗਿਆ ਤੁਸੀਂ ਟ੍ਰੈਫਿਕ ਲਾਈਟ ਪਾਰ ਕੀਤੀ ਏ ਤੁਸੀਂ ਹੈਲਮਟ ਨਹੀਂ ਪਾਇਆ ਜਦੋਂ ਇਸ ਤਰ੍ਹਾਂ ਦੀ ਸਖਤੀ ਵਰਤੀ ਜਾਵੇ ਹੁਣ ਦੇਖੋ ਪੰਜਾਬ ਦੇ ਵਿੱਚ ਸਖਤੀ ਦਾ ਵਰਤ ਨਹੀਂ ਪਏਗੀ ਜਿਸ ਤਰ੍ਹਾਂ ਦਾ ਟ੍ਰੈਫਿਕ ਲੋਡ ਵੱਧ ਗਿਆ ਹਾਂ ਹਾਂ ਇੱਥੇ ਮੈਂ ਹైదరాబాద్ ਤੇ ਪੰਜਾਬ ਚ ਇੱਕ ਕੰਪੈਰੀਜ਼ਨ ਦੇਖ ਸਕਦਾ ਹਾਂ ਕਿ ਹైదరాబాద్ ਦੇ ਵਿੱਚ ਟੂ ਵੀਲਰ ਦਾ ਜ਼ਮਾਨਾ ਹਜੇ ਵੀ ਜ਼ਿਆਦਾ ਹੈ ਟੂ ਵੀਲਰ ਜ਼ਿਆਦਾ ਲੋਕ ਯੂਜ਼ ਕਰਦੇ ਨੇ ਪਰ ਪੰਜਾਬ ਦੇ ਵਿੱਚ ਉਨੀ ਕਪੈਸਿਟੀ ਨਹੀਂ ਹੋएगी ਪੰਜਾਬ ਦੇ ਵਿੱਚ ਗੱਡੀਆਂ ਜ਼ਿਆਦਾ ਹੋਣ ਗਿਆ ਮੈਨੂੰ ਲੱਗਦਾ ਹੈ ਕਿ ਐਵਰੇਜ ਦੇ ਹਿਸਾਬ ਨਾਲ ਏਰੀਆ ਦੇ ਹਿਸਾਬ ਨਾਲ ਤੁਸੀਂ ਦੇਖੋ ਜੇ ਲੁਧਿਆਣਾ ਲੁਧਿਆਣਾ ਆਪਣੇ ਆਪ ਦੇ ਵਿੱਚ ਏਸ਼ੀਆ ਸਭ ਤੋਂ ਵੱਧ ਆਬਾਦੀ ਦੇ ਹਿਸਾਬ ਨਾਲ ਏਰੀਆ ਦੇ ਹਿਸਾਬ ਨਾਲ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਗੱਡੀਆਂ ਨੇ ਤੇ ਜਦੋਂ ਗੱਡੀਆਂ ਜ਼ਿਆਦਾ ਨੇ ਟ੍ਰੈਫਿਕ ਦਾ ਲੋਡ ਬਹੁਤ ਵੱਧ ਗਿਆ ਹੈ ਤੇ ਮੁਸ਼ਕਲਾਂ ਤਾਂ ਸਾਨੂੰ ਸਾਰਿਆਂ ਨੂੰ ਹੋ ਰਹੀਆਂ ਅੱਜ ਆਪਾਂ ਅੱਜ ਇਹ ਪ੍ਰੋਗਰਾਮ ਆਪਾਂ ਕਿਉਂ ਕਰ ਰਹੇ ਕਿ ਸਾਨੂੰ ਆਪਣੇ ਦਫ਼ਤਰ ਦੇ ਆਂਤੇ ਹੀ 200 ਮੀਟਰ ਦਾ ਸਫ਼ਰ ਟੈਕਰਨ ਦੇ ਵਿੱਚ ਹੀ ਸਾਨੂੰ ਅੱਧੇ ਤੋਂ ਪੂਨਾ ਘੰਟਾ ਲੱਗ ਗਿਆ ਇਸ ਕਰਕੇ ਆਪਾਂ ਚਾਹੁੰਦੇ ਆ ਕਿ ਸਾਰਿਆਂ ਦਾ ਹੱਲ ਹੋਵੇ ਹੱਲ ਨਿਕਲਣਾ ਚਾਹੀਦਾ ਹੈ ਉਹਦੇ ਲਈ ਟੈਕਨੋਲੋਜੀ ਵੀ ਲੈਣੀ ਪੈਗੀ ਔਰ ਉਹਦੇ ਨਾਲ ਸ਼ਕਤੀ ਵੀ ਕਰਨੀ ਪੈਗੀ ਟੈਕਨੋਲੋਜੀ ਦੇ ਨਾਲ ਹੁਣ ਮੈਂ ਹైదరాబాద్ ਦੀ ਆਪਾਂ ਉਦਾਹਰਣ ਇਸ ਕਰਕੇ ਦਿੰਦੇ ਆ ਕਿ ਟੈਕਨੋਲੋਜੀ ਹੋਰ ਥਾਵਾਂ ਤੇ ਵੀ ਲੱਗੀ ਹੈ ਟੈਕਨੋਲੋਜੀ ਸੈ ਲੁਧਿਆਣੇ ਵੀ ਲੱਗੀ ਹੈ ਪ੍ਰਸ਼ਾਦ ਕਿਸੇ ਨੂੰ ਪਤਾ ਨਹੀਂ ਹੋਏਗਾ ਚਲੰਦਰ ਜੀ ਵੀ ਲੱਗ ਰਹੀ ਹੈ ਪਰ ਸ਼ਾਇਦ ਕਿਸੇ ਨੂੰ ਪਤਾ ਨਹੀਂ ਹੋਏਗਾ ਹైదరాబాద్ ਦੇ ਵਿੱਚ ਲੱਗੀ ਉਹਨਾਂ ਨੇ ਨਾਲ ਮੋਨਿਟਰਿੰਗ ਜ਼ਿਆਦਾ ਸ਼ੁਰੂ ਕੀਤੀ ਹੈ ਮੰਨ ਲਓ ਕਿਸੇ ਨੇ ਰੈਡ ਲਾਈਟ ਟੱਪੀ ਪਰ ਜੇ ਟ੍ਰੈਫਿਕ ਕੰਟਰੋਲ ਰੂਮ 'ਚ ਕੋਈ ਮੁਲਾਜ਼ਮ ਹੀ ਨਹੀਂ ਬੈਠਾ ਹੋਊਗਾ ਤਾਂ ਉਹਨੂੰ ਕਿਵੇਂ ਪਤਾ ਲੱਗੂਗਾ ਕਿ ਕਿਸੇ ਨੇ ਰੈੱਡ ਲਾਈਟ ਕ੍ਰੋਸ ਕੀਤੀ ਕਿਉਂਕਿ ਪਹਿਲਾਂ ਦੀ ਮੋਨਿਟਰਿੰਗ ਉਹਦੀ ਰਣਾ ਜੀ ਮੋਨਿਟਰਿੰਗ ਬੜੀ ਵੱਡੇ ਲੈਵਲ ਤੇ ਹੋ ਰਹੀ ਔਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਉਹੋ ਜਿਹਾ ਸਿਸਟਮ ਚਾਹੀਦਾ ਹੈ ਸ਼ਕਤੀ ਚਾਹੀਦੀ ਏ ਚਲਾਨ ਥੋੜੀ ਦੇਰ ਚਲਾਨ ਕੱਟੇ ਜਾਂਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਕਿ ਫਿਰ ਲੋਕ ਯੂਜ਼ ਟੂ ਹੋ ਜਾਂਦੇ ਨੇ ਹੁਣ ਉਥੇ ਹైదరాబాద్ ਦੇ ਵਿੱਚ ਇੱਕ ਸਭ ਤੋਂ ਵੱਡਾ ਨਿਯਮ ਇਸ ਵੇਲੇ ਕੀ ਪਾਲਣਾ ਕਰਾ ਰਹੇ ਨੇ ਉਹਨਾਂ ਨੇ ਹਰ ਜੰਕਸ਼ਨ ਤੇ ਹਰ ਜੰਕਸ਼ਨ ਦਾ ਮਤਲਬ ਹਰ ਰੈੱਡ ਲਾਈਟ ਤੇ ਸਟ ਕੋਈ ਵੀ ਵਹੀਕਲ ਉਹ ਸਟਾਪ ਲਾਈਨ ਨੂੰ ਨਹੀਂ ਟੱਪੇਗਾ ਔਰ ਮੈਂ ਦਾਅਵਾ ਕਰ ਸਕਦਾ ਕੋਈ ਵੀ ਹైదరాబాద్ ਜਾਵੇ ਸਾਡਾ ਪ੍ਰੋਗਰਾਮ ਦੇਖ ਲੋ ਜਾਂ ਕੋਈ ਵੀ ਹైదరాబాద్ ਚੱਕਰ ਲਗਾ ਕੇ ਆਵੇ ਉਹਨੂੰ ਇਹ ਮਹਿਸੂਸ ਹੋਊਗੀ ਜਗ੍ਹਾ ਚੀਜ਼ ਕਿ ਉਹ ਹਰ ਜੰਕਸ਼ਨ ਤੇ ਸੋ ਦੇ ਵਿੱਚੋਂ 2 3 4 ਗੱਡੀਆਂ ਹੋਣਗੀਆਂ ਜਿਹੜੀਆਂ ਸਟਾਪ ਲਾਈਨ ਨੂੰ ਕਰਾਸ ਕਰਦੀਆਂ ਨੇ ਮੈਨੂੰ ਲੱਗਦਾ ਹੈ ਕਿ 95 ਤੇ ਉਹ ਸਟਾਪ ਲਾਈਨ ਦੇ ਪਿੱਛੇ ਖੜੀ ਹੁੰਦੀਆਂ ਨੇ ਮਤਲਬ ਇੰਨਾ ਵਧੀਆ ਉੱਥੇ ਉਹ ਸੀਨ ਲੱਗਦਾ ਹੈ ਕਿ ਹਰ ਟ੍ਰੈਫਿਕ ਲਾਈਟ ਤੇ ਤੁਸੀਂ ਦੇਖੋਗੇ ਕਿ ਬੜੇ ਡਿਸਪਲਿਨ ਦੇ ਨਾਲ ਲੋਕ ਉੱਥੇ ਖੜੇ ਨੇ ਉਹ ਕਿਉਂ ਹੋਏ ਪਹਿਲਾਂ ਨਹੀਂ ਹੁੰਦਾ ਸੀ ਉਹ ਹੁਣ ਉਦੋਂ ਹੋਏ ਜਦੋਂ ਉਹਨਾਂ ਨੇ ਸਟਾਪ ਲਾਈਨ ਤੇ ਚਲਾਨ ਕੱਟਣੀ ਸ਼ੁਰੂ ਕਰ ਦਿੱਤੀ ਜਦੋਂ ਕੰਟਰੋਲ ਰੂਮ ਚ ਟ੍ਰੈਫਿਕ ਮੁਲਾਜ਼ਮ ਬੈਠੇ ਉਹਨਾਂ ਨੇ ਚਲਾਨ ਕੱਟਣੀ ਸ਼ੁਰੂ ਕਰ ਦਿੱਤੀ ਜਾਂ ਜਿਹੜੇ ਰੋਡ ਤੇ ਵੀ ਖੜੇ ਨੇ ਉਹਨਾਂ ਨੇ ਵੀ ਫੋਟੋ ਖਿੱਚ ਕੇ ਕੰਟਰੋਲ ਰੂਮ ਚ ਭੇਜਣੀ ਸ਼ੁਰੂ ਕਰ ਦਿੱਤੀ ਅੱਛਾ ਸਿਸਟਮ ਇਹ ਵੀ ਹੈ ਸਿਰਫ ਕੈਮਰਾ ਹੀ ਰੈਕੋਗਨਾਈਜ਼ ਨਹੀਂ ਕਰ ਰਹੇ ਹైదరాబాద్ ਦੇ ਵਿੱਚ ਹਰ ਮੋੜ ਤੇ ਹਰ ਚੌਂਕ ਤੇ ਇੱਕ ਟ੍ਰੈਫਿਕ ਮੁਲਾਜ਼ਮ ਖੜੇ ਖੜਾ ਉਹ ਅੱਗੇ ਕੀ ਕਰਦਾ ਉਹ ਵੀ ਤੁਹਾਨੂੰ ਦੱਸੂਗਾ ਪਰ ਉਹਨੇ ਇਹ ਵੀ ਦੇਖਣਾ ਕਿ ਵਾਇਲੇਸ਼ਨ ਕਰ ਰਿਹਾ ਹੈ ਵਾਇਲੇਸ਼ਨ ਕਰਨ ਤੇ ਉਹਨੇ ਰੋਕਣਾ ਕਿਸੇ ਨੂੰ ਨਹੀਂ ਉਦੋਂ ਨੋਟ Samsung ਦੀ ਟੈਬ ਦਿੱਤੀਆਂ ਹੋਈਆਂ ਨੇ ਕੈਮਰਾ ਦਿੱਤੇ ਹੋਏ ਨੇ ਉਹਨੇ ਉਹਦੀ ਫੋਟੋ ਖਿੱਚਣੀ ਹੈ ਉਹਦਾ ਚਲਾਨ ਜਿਹੜਾ ਆਨਲਾਈਨ ਚਲਾਨ ਉਹਨੇ ਵੀ ਆਨਲਾਈਨ ਚਲਾਨ ਜਨਰੇਟ ਕਰਨਾ ਚਲਾਨ ਜਨਰੇਟ ਕਰ ਦੇਣਾ ਜਾਂ ਉਹਨੇ ਫੋਟੋ ਜਿਹੜੀ ਹੈ ਭੇਜ ਦੇਣੀ ਹੈ ਕੰਟਰੋਲ ਰੂਮ ਦੇ ਵਿੱਚ ਤਾਂ ਹਰ ਚੌਂਕ ਦੇ ਉੱਤੇ ਜਦੋਂ ਸਟਾਪ ਲਾਈਨ ਦਾ ਪਾਲਣ ਹੋਣ ਲੱਗ ਪਿਆ ਤਾਂ ਮੈਨੂੰ ਲੱਗਦਾ ਹੈ ਕਿ ਇਹ ਵੀ ਬੜਾ ਵੱਡਾ ਇੱਕ ਕਾਰਨ ਹੋ ਸਕਦਾ ਹੈ ਕਿ ਟ੍ਰੈਫਿਕ ਕੰਜੈਸ਼ਨ ਨਹੀਂ ਹੁੰਦਾ ਉੱਥੇ ਉੱਥੇ ਟ੍ਰੈਫਿਕ ਜਿਹੜਾ ਹైదరాబాద్ ਦੇ ਵਿੱਚ ਹਮੇਸ਼ਾ ਮੂਵ ਕਰਦਾ ਰਹਿੰਦਾ ਰੁਕਦਾ ਨਹੀਂ ਹੈ ਟ੍ਰੈਫਿਕ 20 ਤੋਂ 25 ਲੱਖ ਗੱਡੀ ਰੋਜ਼ ਟਰੈਵਲ ਕਰ ਰਹੀ ਹੈ ਚਲਦੀ ਜਾ ਰਹੀ ਹੈ ਤੁਸੀਂ ਸਮਝ ਨਾ ਮੇਰੀ ਗੱਲ ਬਹੁਤ ਘਟ ਜੇ ਮੰਨ ਲਓ ਕਿਸੇ ਨੇ ਵਿੱਚ ਗੱਡੀ ਗਲਤ ਟੰਗ ਦੇ ਨਾਲ ਪਾ ਦਿੱਤੀ ਤਾਂ ਫਿਰ ਤਾਂ ਜਾਮ ਲੱਗੂਗਾ ਹੀ ਪਰ ਜਿਹੜਾ ਮੈਨੇਜਮੈਂਟ ਸਿਸਟਮ ਹੈ ਉਹ ਇਹੀ ਕਹਿੰਦਾ ਕਿ ਗੱਡੀਆਂ ਇੱਥੇ ਚਲਦੀਆਂ ਰਹਿਣ ਭਾਵੇਂ 20 ਦੀ ਸਪੀਡ ਤੇ ਚੱਲੇ ਤੇ ਭਾਵੇਂ 15 ਦੀ ਸਪੀਡ ਤੇ ਚੱਲੇ ਪਰ ਰੁਕੇ ਹੀ ਨਹੀਂ ਗੱਡੀ ਗੱਡੀ ਚਲਦੀ ਰਹੇਗੀ ਅੱਗੇ ਹੁਣ ਜਦੋਂ ਸੜਕਾਂ ਪਤਲੀਆਂ ਹੋਣਗੀਆਂ ਤੇ ਉਥੇ ਦੇ ਗੱਡੀਆਂ ਵਹੀਕਲ ਜ਼ਿਆਦਾ ਹੋਣਗੇ ਤੇ ਉਹ ਸੁਭਾਵਿਕ ਜੀ ਗੱਲ ਹੈ ਕਿ ਉੱਥੇ ਤੁਸੀਂ 60 ਦੀ ਸਪੀਡ ਤੇ ਗੱਡੀ ਤੇ ਨਹੀਂ ਕਰ ਸਕਦੇ ਪਰ ਗੱਡੀ ਚਲਦੀ ਰਵੇ ਇਹੀ ਟ੍ਰੈਫਿਕ ਜਿਹੜੇ ਪੁਲਿਸ ਦਾ ਕੰਮ ਹੈ ਜਾਂ ਟ ਕਿ ਗੱਡੀਆਂ ਚਲਦੀਆਂ ਰਹਿਣ ਲੋਕਾਂ ਨੂੰ ਬੇਵਜ੍ਹਾ ਰੁਕਣਾ ਨਾ ਪਵੇ ਜਦੋਂ ਤੁਸੀਂ ਰੁਕਦੇ ਹੋ ਫਿਰ ਚੀਚੀ ਪੈ ਪੈ ਫਿਰ ਹੋਰਨ ਵਜਦੇ ਨੇ ਫਿਰ ਉਦੋਂ ਲੋਕਾਂ ਦਾ ਗੁੱਸਾ ਫੁੱਟਦਾ ਕਿ ਜਦੋਂ ਤੁਸੀਂ ਤੁਹਾਨੂੰ ਟ੍ਰੈਫਿਕ ਦੇ ਅੰਦਰ ਰੁਕਣਾ ਪੈਂਦਾ ਤਾਂ ਟ੍ਰੈਫਿਕ ਜਦੋਂ ਚੱਲਦਾ ਰਹਿੰਦਾ ਸਟਾਪ ਲਾਈਨ ਤੇ ਤੁਸੀਂ ਪਾਲਣਾ ਕਰ ਰਹੇ ਹੋ ਚਲਾਣਾ ਦਾ ਤੁਹਾਨੂੰ ਡਰ ਹੈ ਸਿਗਨਲ ਤੁਹਾਡੇ ਵਧੀਆ ਹੋਗੇ ਤਾਂ ਫਿਰ ਆਪੇ ਟ੍ਰੈਫਿਕ ਮੈਨੇਜਮੈਂਟ ਜਿਹੜੀ ਹੈ ਉਹ ਤੋਂ ਸੁਧਾਰ ਹੋ ਜਾਂਦਾ ਜਿਹੜੀ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਸੀ ਕਿ ਉੱਥੇ ਜੇ ਸਖਤੀ ਕਰਦੀਏ ਹਦਰਾਬਾਦ ਦੇ ਵਿੱਚ ਵੀ ਨਹੀਂ ਪਾਲਣਾ ਕਰਦੇ ਸੀ ਜਦੋਂ ਸਖਤੀ ਕਰਤੀ ਆਪੇ ਲੋਕ ਪਾਲਣ ਪਾਲਣਾ ਕਰਨ ਲੱਗਵੇ ਜਦੋਂ ਤੁਹਾਨੂੰ ਪਤਾ ਕਿ ਤੁਸੀਂ ਕਿਸੇ ਦੀ ਸਿਫਾਰਿਸ਼ ਨਹੀਂ ਪਾ ਸਕਦੇ ਤੁਹਾਡਾ ਚਲਾਨ ਹੋ ਗਿਆ ਜਦੋਂ ਤੁਹਾਨੂੰ ਪਤਾ ਕਿ ਮੈਂ ਰੁਕ ਗਿਆ ਇਹ ਰੁਕ ਗਿਆ ਜੇ ਫਲਾਣਾ ਬੰਦਾ ਕੋਈ ਪਾਰ ਕਰ ਵੀ ਰਹਿ ਰਿਹਾ ਰੈੱਡ ਲਾਈਟ ਉਹ ਆਪ ਸ਼ਰਮੋ ਸ਼ਰਮੀ ਰੁਕ ਜਾਏਗਾ ਉਹਨੂੰ ਆਪ ਸ਼ਰਮੋ ਸ਼ਰਮੀ ਰੁਕੇਗਾ ਔਨ ਸਪਾਟ ਨਾਕੇ ਜਿੱਦਾਂ ਪੰਜਾਬ ਦੇ ਵਿੱਚ ਤੁਹਾਨੂੰ ਬਹੁਤ ਦੇਖਣ ਨੂੰ ਮਿਲਣਗੇ ਔਨ ਸਪਾਟ ਨਾਕੇ ਜਿਹੜੇ ਹੈਗੇ ਤੇ ਔਨ ਸਪਾਟ ਨਾਕਿਆਂ 'ਚ ਗੁੰਡਾ ਕੀ ਹੈ ਬਜਾਏ ਕਿ ਟ੍ਰੈਫਿਕ ਸਮੂਥ ਹੋਣ ਦੇ ਟ੍ਰੈਫਿਕ ਜਾਮ ਹੁੰਦਾ ਵਾ ਜਿੱਦਾਂ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਵਾਂ ਕਿ ਜਲੰਧਰ ਦੇ ਵਿੱਚ ਜਦੋਂ ਤੁਸੀਂ ਬਸ ਸਟੈਂਡ ਵਾਲਾ ਪੁਲ ਉੱਤਰਦੇ ਹੋ ਤੇ ਨਾਲ ਚੜ ਜਾਂਦਾ ਬੀਐਮਸੀ ਚੌਕ ਵਾਲਾ ਪੁਲ ਠੀਕ ਹੈ ਜੀ ਉੱਤੇ ਚੜ ਕੇ ਤੁਸੀਂ ਇਹ ਦੇਖੋ ਕਿ ਲਾਈਟਾਂ ਕ੍ਰੋਸ ਕਰਦੇ ਹੀ ਬਿਲਕੁਲ ਇੱਕ ਕ੍ਰੋਸਿੰਗ ਹੈਗੀ ਹੈ ਜੋਰ ਨਗਰ ਦੀ ਕ੍ਰੋਸਿੰਗ ਉਹਦੇ ਬਿਲਕੁਲ ਕੋਰਨਰ ਤੇ ਪੁਲਿਸ ਨੇ ਨਾਕਾ ਲਾਇਆ ਹੋਇਆ ਉਹ ਕੀ ਹੁੰਦਾ ਕਿ ਤੁਸੀਂ ਪੁਲ ਦੇ ਉੱਪਰ ਟ੍ਰੈਫਿਕ ਜਾਮ ਬਹੁਤ ਘੱਟ ਦੇਖਿਆ ਹੋਣਾ ਲੇਕਿਨ ਉਸ ਪੁਲ ਦੇ ਉੱਪਰ ਜਿੱਥੋਂ ਪੁਲ ਸ਼ੁਰੂ ਹੁੰਦਾ ਜਦੋਂ ਬਸ ਸਟੈਂਡ ਦਾ ਪੁਲਾ ਪਾ ਉਤਰਦੇ ਪੁਲ ਸ਼ੁਰੂ ਹੁੰਦਾ ਬੀਐਮਸੀ ਚੌਕ ਵਾਲਾ ਉੱਥੇ ਤੱਕ ਗੱਡੀਆਂ ਲੱਗੀਆਂ ਹੁੰਦੀਆਂ ਇਸ ਲਾਈਟਿੰਗ ਅ ਸਿਸਟਮ ਕਰਕੇ ਨਾ 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 ਲੱਗਦਾ اچھا ਰੈੱਡ ਲਾਈਟ ਜਦੋਂ ਕਿਉਂਕਿ ਰੈੱਡ ਲਾਈਟ ਦੀ ਇੰਨੀ ਕੈਪੈਸਿਟੀ ਨਹੀਂ ਹੈ ਕਿ ਇੰਨੀ ਗੱਡੀਆਂ ਇੱਕ ਵਾਰੀ ਕੱਢ ਦੇਵੇ ਉਹ ਤੀਜੀ ਚੌਥੀ ਵਾਰੀ ਪੰਜਵੀਂ ਵਾਰੀ ਕਿਥੇ ਜਾ ਕੇ ਬੰਦੇ ਦਾ ਨੰਬਰ ਆਉਂਦਾ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਪੁਲਿਸ ਨੇ ਇਹੀ ਇਹ ਹਦਰਾਬਾਦ ਦਾ ਸਭ ਤੋਂ ਵੱਡਾ ਬੈਨੀਫਿਟ ਕੀ ਹੈ ਟ੍ਰੈਫਿਕ ਸਿਗਨਲਸ ਆ ਉੱਥੇ ਦੀ ਟਾਈਮਿੰਗ ਇਦਾਂ ਦੀ ਸੈੱਟ ਹੈ ਕਿ ਭਾਵੇਂ ਦਿਨਾਂ ਮਰਜੀ ਜਾਮ ਮੈਂ ਆਪਾਂ ਤਸਵੀਰਾਂ ਹੋਣੇ ਆਪਾਂ ਨਾਲ-ਨਾਲ ਲੋਕਾਂ ਨੂੰ ਦਿਖਾ ਦਿੰਨੇ ਆ ਜਿੰਨਾ ਮਰਜੀ ਰਾਣਾ ਜੀ ਉੱਥੇ ਜਾਮ ਲੱਗ ਜਾਏ ਟ੍ਰੈਫਿਕ ਸਿਗਨਲ ਤੇ ਆ ਕੇ ਜਾਮ ਮ ਸਿਸਟਮ ਇਹਨਾਂ ਸੈਟ ਹੈ ਕਿ ਯਕੀਨ ਕਰਿਓ ਤੁਸੀਂ 300 ਤੋਂ 400 ਮੀਟਰ ਤੱਕ ਲਾਈਨ ਲੱਗੀ ਹੈ ਲੰਬੀ ਹੂੰ ਹੂੰ ਉਹ 300 ਤੋਂ 400 ਮੀਟਰ ਤੱਕ ਦੀ ਜਾਂ 200 300 ਮੀਟਰ ਲਾ ਲਓ ਇੱਕੋ ਵਾਰੀ ਚ ਕਲੀਅਰ ਹੋ ਜਾਏਗੀ ਦੋਸਤ ਤੁਸੀਂ ਲੋਕਾਂ ਨੂੰ ਕਿੰਨੀ ਸਹੂਲਤ ਹੈ ਕਿ ਜਦੋਂ ਤੁਸੀਂ ਰੁਕੇਦੇ ਹੈਗੇ ਤਾਂ ਤੁਹਾਨੂੰ ਪਤਾ ਕਿ ਟ੍ਰੈਫਿਕ ਲਾਈਟ ਹੈ ਮੈਂ ਜਦੋਂ ਨਵਾਂ ਨਵਾਂ ਉੱਥੇ ਪ੍ਰੋਗਰਾਮ ਸ਼ੂਟ ਕਰਨ ਗਿਆ ਤਾਂ ਮੈਂ ਪਹਿਲੇ ਦਿਨ ਨਹੀਂ ਉੱਥੇ ਗੱਡੀ 'ਚ ਬੈਠਾ ਤੇ ਮੈਂ ਉੱਥੇ ਟ੍ਰੈਫਿਕ ਦਾ ਸ਼ੂਟ ਕਰਨ ਗਿਆ ਸੀ ਤੇ ਮੈਂ ਟ੍ਰੈਫਿਕ ਇੱਥੇ ਮੈਂ ਰੁਕਿਆ ਤੇ ਮੇਰੇ ਤੋਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ 200 250 ਮੀਟਰ ਦੂਰ ਤੇ ਦੂਰ ਤੱਕ ਜਾਮ ਲੱਗਾ ਪਿਆ ਔਰ ਉਸ ਤੋਂ ਬਾਅਦ ਰੈਲਵੇ ਰ ਦਿਮਾਗ 'ਚ ਮੇਰੇ ਇਹੀ ਜਿੱਦਾਂ ਪੰਜਾਬ 'ਚ ਹੁੰਦਾ ਇਹ ਇੱਕ ਵਾਰੀ ਲਾਈਟ ਤੇ ਰੁਕਿਆ ਤੇ ਤਿੰਨ ਚਾਰ ਵਾਰੀ ਰੁਕ ਕੇ ਲਾਈਟ ਪਾਰ ਕਰਨੀ ਪੈਣੀ ਹੈ ਮੈਂ ਕਿਹਾ ਯਾਰ ਇਹ ਤਾਂ ਮੈਂ ਤਾਂ ਇੱਥੇ ਸ਼ੂਟ ਕਰਨ ਆਇਆ ਟ੍ਰੈਫਿਕ ਮੈਨੇਜਮੈਂਟ ਸਿਸਟਮ ਨੂੰ ਤੇ ਇੱਥੇ ਤਾਂ ਆਫ ਟ੍ਰੈਫਿਕ ਬੜਾ ਜਾਮ ਹੁੰਦਾ ਮੈਂ ਗੱਡੀ 'ਚ ਉਤਰ ਗਿਆ ਮੈਂ ਕਿਹਾ ਯਾਰ ਪੈਦਲ ਉਤਰ ਕੇ ਦੇਖਦੇ ਹਾਂ ਮੇਰਾ ਕੈਮਰਾਮੈਨ ਮੇਰੇ ਨਾਲ ਅਸੀਂ ਗੱਡੀ 'ਚੋਂ ਉਤਰ ਗਏ ਕਿ ਯਾਰ ਇਹਨੇ ਤੇ ਲਾਈਟਾਂ ਪਾਰ ਕਰਦੇ ਕਰ ਯਕੀਨ ਕਰਿਓ ਜਦੋਂ ਆਪਾਂ ਤੁਰ ਕੇ ਥੋੜਾ ਜਿਹਾ ਗਰਦਨ ਆਪਾਂ ਇਧਰ ਕੀਤੀ ਮੂੰਹ ਇਧਰ ਕੀਤਾ ਦੁਕਾਨਾਂ ਵੱਲ ਦੇਖ ਰਹੇ ਸੀਗੇ ਮੈਂ ਜਦੋਂ ਫਿਰ ਸੱਜੇ ਆਪਣੇ ਖੱਬੇ ਪਾਸੇ ਦੇਖਿਆ ਤਾਂ ਸਾਰਾ ਟ੍ਰੈਫਿਕ ਜਿਹੜਾ ਕਲੀਅਰ ਹੋ ਗਿਆ ਮਤਲਬ ਮੈਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਮੈਨੂੰ ਜਿੱਦਾਂ ਸਾਨੂੰ ਪੰਜਾਬ 'ਚ ਲੱਗਦਾ ਹੈ ਕਿ ਰੈੱਡ ਲਾਈਟ ਤੇ ਗੱਡੀ ਰੁਕ ਗਈ ਇਹਨੂੰ ਹੁਣ 15 ਮਿੰਟ ਲੱਗ ਜਾਣੇ ਐ ਇੱਥੋਂ ਦੀ ਇੰਨੀ ਦੂਰ ਤੱਕ ਜਾਣ ਲਈ ਇਹਨੂੰ ਹੁਣ 15 ਮਿੰਟ ਲੱਗ ਜਾਣੇ ਇਸ ਟ੍ਰੈਫਿਕ ਜਾਮ ਨੂੰ ਕਲੀਅਰ ਹੋਣ ਲਈ ਪਰ ਜਿਵੇਂ ਹੀ ਆਪਾਂ ਉੱtre within 30 ਤੋਂ 40 ਸੈਕਿੰਡ ਦੇ ਅੰਦਰ ਉਹ ਪੂਰੀ ਦੀ ਪੂਰੀ ਲਾਈਨ ਕਲੀਅਰ ਹੋ ਗਈ। ਉਹਦਾ ਮੁੱਖ ਕਾਰਨ ਇਹ ਹੈ ਕਿ ਟ੍ਰੈਫਿਕ ਸਿਗਨਲ ਵਧੀਆ ਨਹੀਂ ਨੇ। ਉਹਦੀ ਟਾਈਮਿੰਗ ਬਿਲਕੁਲ ਜਿੰਨੀ ਟਾਈਮਿੰਗ ਜਿਸ ਰੋਡ ਨੂੰ ਚਾਹੀਦੀ ਉਹਨੀ ਦਿੱਤੀ ਜਾ ਰਹੀ ਹੈ। ਔਰ ਜਿਹੜੀ ਸਟਾਪ ਲਾਈਨ ਦੀ ਮੈਂ ਗੱਲ ਕੀਤੀ ਕਿ ਜਦੋਂ ਇੱਥੇ ਕੀ ਹੁੰਦਾ ਇੱਥੇ ਜਿਵੇਂ ਤੁਸੀਂ ਦੱਸਿਆ ਕਦੀ ਕੋਈ ਪਾਰ ਕਰਦਾ ਲਾਈਟ ਨੂੰ, ਕਦੀ ਕੋਈ ਪਾਰ ਕਰ ਲੈਂਦਾ ਗੱਡੀਆਂ ਉਹ ਅੱਗੇ ਟ੍ਰੈਫਿਕ ਦੇ ਅੱਗੇ ਆ ਕੇ ਬਿਲਕੁਲ ਇਨਡਿਸਿਪਲਨ ਵੇ ਦੇ ਨਾਲ ਖੜੀ ਹੋ ਜਾਂਦੀਆਂ। ਜਦੋਂ ਡਿਸਿਪਲਨ ਵੇ ਦੇ ਵਿੱਚ ਇੱਕ ਲਾਈਨ ਦੇ ਪਿੱਛੇ ਖੜੀ ਆਉਣਗੇ ਤਾਂ ਕੱਠੀਆਂ ਤੁਰਣਗੀਆਂ? ਨਾਲੇ ਹੁੰਦਾ ਕੀ ਹੈ ਕਿ ਸਾਡੇ ਜਲੰਧਰ ਦੀ ਆ ਲੁਧਿਆਣਾ ਇਹ ਪੰਜਾਬ ਅਮਰਸਰ ਚ ਕੀ ਰਿਵਾਜ ਹੈ ਟ੍ਰੈਫਿਕ ਲਾਈਟ ਇੱਥੇ ਲੱਗੀ ਹੈ ਸਾਡੀ ਗੱਡੀਆਂ ਇੱਥੇ ਤੱਕ ਪਹੁੰਚ ਜੰਦੀਆਂ ਹੂੰ 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 ਠੀਕ ਹੈ ਉਦੋਂ ਹੀ ਫਿਰ ਕੰਜੈਸ਼ਨ ਹੋ ਜਾਂਦੀ ਹੈ ਜਦੋਂ ਹైదరాబాద్ ਚ ਕੀ ਹੋ ਰਿਹਾ ਹੈ ਟ੍ਰੈਫਿਕ ਲਾਈਟ ਇਹ ਹੈ ਗੱਡੀਆਂ ਇੱਥੇ ਖੜੀਆਂ ਨੇ ਜਦੋਂ ਗ੍ਰੀਨ ਹੁੰਦੀ ਹੈ ਉਹਨੂੰ ਉਹ ਬਾਅਦ ਥੋੜੀ ਸੈਕਿੰਡ ਬਾਅਦ ਤੁਰਦੀਆਂ ਗੱਡੀਆਂ ਤੇ ਫਿਰ ਉਹ ਕੱਠੀਆਂ ਨਿਕਲ ਜਾਨੀਆਂ ਉਦੋਂ ਰੁਕਦੀਆਂ ਨਹੀਂ ਇਹ 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 ਜਿਹੜੇ ਟ੍ਰੈਫਿਕ ਮੈਨੇਜਮੈਂਟ ਦੇ ਉਹਨਾਂ ਨੇ ਇਹ ਸਾਨੂੰ ਸਿੱਖਣੇ ਪੈਣਗੇ ਇਹ ਸਭ ਤੋਂ ਵੱਧ ਇਹਦੇ ਵਿੱਚ ਰੋਲ ਟ੍ਰੈਫਿਕ ਪੁਲਿਸ ਨੂੰ ਕਰਨਾ ਪਏਗਾ ਜੇ ਹਰ ਚੌਂਕ ਤੇ ਤੁਸੀਂ ਖੜੇ ਹੋ ਰਹੇ ਹੋ ਤੁਸੀਂ ਮੈਨੇਜ ਕਰੋ ਕਿ ਟ੍ਰੈਫਿਕ ਚੱਲਦਾ ਰਹੇ اچھا ਫਿਰ ਜੇ ਹైదరాబాద్ ਦੇ ਵਿੱਚ ਜੇ ਟੈਕਨੋਲੋਜੀ ਵਾਲੇ ਸਿਗਨਲਸ ਨੇ ਜਿੱਦਾਂ ਮੈਂ ਜ਼ਿਕਰ ਕਰ ਰਹਾ ਕਿ ਉਹ ਆਪੇ ਚੱਲਦੇ ਨੇ ਜੇ ਕਦੀ ਲੱਗੇ ਟ੍ਰੈਫਿਕ ਮੁਲਾਜ਼ਮ ਨੂੰ ਉਹ ਤੇ ਹਰ ਚੌਂਕ ਤੇ ਟ੍ਰੈਫਿਕ ਮੁਲਾਜ਼ਮ ਖੜਾ ਜੇ ਉੱਥੇ ਮੁਲਾਜ਼ਮ ਨੂੰ ਲੱਗੇ ਕਿ ਇਹ ਟ੍ਰੈਫਿਕ ਸਿਗਨਲਸ ਜਿਹੜੇ ਨੇ ਟੈਕਨੋਲੋਜੀ ਤਰੀਕੇ ਦੇ ਨਾਲ ਸਹੀ ਨਹੀਂ ਚੱਲ ਰਹੇ ਤਾਂ ਉਹ ਮੈਨੂਅਲੀ ਵੀ ਉਹਨੂੰ ਬਟਨ ਨਾਲ ਗ੍ਰੀਨ ਔਰ ਰੈੱਡ ਕਰ ਸਕਦਾ ਹੈ ਮਨ ਲਓ ਜਿਹੜੀ ਜ਼ਿਕਰ ਤੁਸੀਂ ਹੁਣ ਕਰ ਰਹੇ ਹੋ ਬੀਐਮਸੀ ਚੌਂਕ ਦਾ ਜਾਂ ਗੁਰਾਣਾ ਕਮਿਸ਼ਨ ਚੌਂਕ ਦਾ ਤਾਂ ਜੇ ਉੱਥੇ ਅ ਟਰੈਫਿਕ ਮੁਲਾਜ਼ਮ ਖੜਾ ਹੈ ਉਹਨੇ ਦੇਖਿਆ ਕਿ ਇੱਕ ਪਾਸੇ ਬਹੁਤ ਜ਼ਿਆਦਾ ਗੱਡੀਆਂ ਦੀ ਲਾਈਨ ਹੈ ਦੂਜੇ ਪਾਸੇ ਘਟ ਹੈ ਉਹ ਮੈਨੂਲੀ ਬਟਨ ਦਬਾਏਗਾ ਇੱਕ ਪਾਸੇ ਗ੍ਰੀਨ ਦੇਵੇਗਾ ਅੱਖਾਂ ਨਾਲ ਦੇਖੇਗਾ ਜਦੋਂ ਦੇਖੇਗਾ ਕਿ ਇਧਰ ਜਿਹੜੀ ਸੜਕਾ ਪੂਰੀ ਤਰ੍ਹਾਂ ਖਾਲੀ ਹੋ ਗਈ ਹੈ ਉਹਨੂੰ ਹੱਥ ਨਾਲ ਇਸ਼ਾਰਾ ਕਰਦੇ ਲੋੜਨੀ ਹੈ ਉਹ ਬਟਨ ਦਬਾਏਗਾ ਉਸ ਉਧਰ ਦੀ ਉਹ ਲਾਈਟ ਰੈੱਡ ਹੋ ਜਾਏਗੀ ਉਹ ਦੂਜੇ ਨੂੰ ਗ੍ਰੀਨ ਕਰ ਦੇਗਾ ਤੇ ਇਹ ਇਦਾਂ ਦੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੁਣ ਜੀ ਦੇ ਹੈਦਰਾਬਾਦ ਦੇ ਵਿੱਚ ਹੋਰ ਕੀ ਹੈ ਟ੍ਰੈਫਿਕ ਪੁਲਿਸ ਥਾਣੇ ਨੇ ਅਲੱਗ ਹੀ 40 ਦੇ ਆਸ-ਪਾਸ ਜਿਹੜੇ ਨੇ ਟ੍ਰੈਫਿਕ ਪੁਲਿਸ ਸਟੇਸ਼ਨਸ ਨੇ ਇੱਕ ਪੁਲਿਸ ਸਟੇਸ਼ਨ ਹੁੰਦੇ ਨਾ ਦੂਜੇ ਲਾਅ ਐਂਡ ਆਰਡਰ ਵਾਲੇ ਟ੍ਰੈਫਿਕ ਦੇ ਪੁਲਿਸ ਸਟੇਸ਼ਨ ਬਣਾਏ ਨੇ ਜੋ ਸਿਰਫ ਟ੍ਰੈਫਿਕ ਰਿਲੇਟਿਡ ਪ੍ਰੋਬਲਮਸ ਜਾਂ ਚਲਾਨਿੰਗ ਸਿਸਟਮ ਨੂੰ ਦੇਖ ਰਹੇ ਨੇ ਇਨੋਵਾ ਕ੍ਰਿਸਟਾ ਗੱਡੀਆਂ ਉੱਥੇ ਦੇ ਸਰਕਲ ਇੰਸ ਸਾਡੇ ਪੰਜਾਬ ਦੇ ਵਿੱਚ ਕੀ ਹੁੰਦਾ ਕਿ ਪੀਸੀਆਰ ਨੂੰ ਵੀ ਆਣਾ ਪੈਂਦਾ ਥਾਣੇ ਵਾਲਿਆਂ ਨੂੰ ਵੀ ਆਣਾ ਪੈਂਦਾ ਜੇ ਕਦੇ ਟ੍ਰੈਫਿਕ ਦੀ ਕੰਜੈਸ਼ਨ ਹੋ ਜਵੇ ਟ੍ਰੈਫਿਕ ਜਿਹੜੇ ਮੁਲਾਜ਼ਮਾਂ ਦੀ ਗਿਣਤੀ ਘੱਟ ਹੈ ਵੱਡੇ ਸ਼ਹਿਰਾਂ ਦੇ ਵਿੱਚ ਔਰ ਪੀਸੀਆਰ ਵੀ ਲਗਾਨੀ ਪੈਂਦੀ ਹੈ ਔਰ ਥਾਣਿਆਂ ਦੀ ਫੋਰਸ ਵੀ ਲਗਾਨੀ ਪੈਂਦੀ ਉੱਥੇ ਤਾਂ ਨਹੀਂ ਹੁੰਦਾ ਉੱਥੇ ਟ੍ਰੈਫਿਕ ਜਿਹੜੀ ਹੈ ਪੁਲਿਸ ਦੀ ਜਿਹੜੀ ਮੈਨ ਪਾਵਰ ਆ ਬਹੁਤ ਜ਼ਿਆਦਾ ਹੈ ਜਿਵੇਂ ਮੈਂ ਦੱਸ ਰਿਹਾ ਨੋਵਾ ਕ੍ਰਿਸ਼ਟਾ ਗੱਡੀ ਦੇ ਉੱਥੇ ਉਹਨਾਂ ਨੇ ਇੰਸਪੈਕਟਰਾਂ ਨੂੰ ਦਿੱਤੀ ਹੋਈ ਹੈ ਉਹ ਪੂਰਾ ਦਿਨ ਘੁੰਮਦੇ ਸ਼ਹਿਰ ਦੇ ਵਿੱਚ ਅਸੀਂ ਦੇਖਦੇ ਰਹਿੰਦੇ ਨੇ ਕਿ ਟ੍ਰੈਫਿਕ ਵਧੀਆ ਢੰਗ ਦੇ ਨਾਲ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਤਾਂ ਇਸ ਤਰ੍ਹਾਂ ਦੀ ਮਨਸ਼ਾ ਜਿਹੜੀ ਆ ਉਹ ਚਾਹੀਦੀ ਆ ਆਪਾਂ ਵਿਦੇਸ਼ੀ ਮੁਲਕਾਂ ਨੂੰ ਦੇਖਦੇ ਆ ਵਿਦੇਸ਼ਾਂ ਦੇ ਵਿੱਚ ਇਹੋ ਜੀ ਟੈਕਨੋਲੋਜੀ ਦਾ ਜ਼ਿਕਰ ਹੁੰਦਾ ਸੀਗਾ ਹైదరాబాద్ ਵੇਖੋਗੇ ਸ਼ਹਿਰਾਂ ਦੇ ਵਿੱਚ ਇਹ ਜਿਹੜੀ ਟੈਕਨੋਲੋਜੀ ਆ ਉਹ ਲੱਗੀ ہوئی ਆ ਔਰ ਉਸ ਉਸ ਤੋਂ ਬਾਅਦ ਟੈਕਨੋਲੋਜੀ ਲੱਗਣ ਤੋਂ ਬਾਅਦ ਉਹ ਬੜੀ ਵਧੀਆ ਤਰੀਕੇ ਨਾਲ ਸਾਮ ਸਭਾਲ ਹੋ ਰਹੀ ਹੈ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਮੋਨੀਟਰ ਕੀਤਾ ਜਾ ਰਿਹਾ ਰਾਣਾ ਜੀ ਤੁਸੀਂ ਯਕੀਨ ਕਰੋਗੇ ਮੰਨ ਲਓ ਜਲੰਧਰ ਲੁਧਿਆਣਾ ਅੰਮ੍ਰਿਤਸਰ ਵਗੈਰਾ ਦੇ ਵਿੱਚ ਆਪਾਂ ਦੇਖਦੇ ਆ ਕਿ ਧਰਨੇ ਵੀ ਲੱਗ ਜਾਂਦੇ ਨੇ ਕੋਈ ਐਕਸੀਡੈਂਟ ਹੁੰਦਾ ਰੋਡ ਬਲੌਕ ਹੋ ਜਾਂਦੀ ਹੈ ਸ਼ੋਭਾ ਯਾਤਰਾ ਕਰਕੇ ਰੂਟ ਡਾਇਵਰਟ ਬੜੇ ਕਰ ਰਹੇ ਵੰਦ ਨੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਉੱਥੇ ਉਹ ਕੀ ਕਰਦੇ ਨੇ ਕਿ ਉੱਥੇ ਕੰਟਰੋਲ ਰੂਮ ਤੇ ਬਹਿ ਕੇ ਲੋਕਾਂ ਨੂੰ ਐਸਐਮਐਸ ਭੇਜਦੇ ਨੇ ਜਗਾ ਜਗਾ ਤੇ ਉੱਥੇ ਟ੍ਰੈਫਿਕ ਦੇ ਬੋਰਡ ਲੱਗੇ ਹੋ ਨੇ ਬੀਐਮਐਸ ਕਹਿੰਦੇ ਨੇ ਉਹਨਾਂ ਨੂੰ ਉਹ ਬੋਰਡ ਲੱਗੇ ਨੇ ਉੱਥੇ ਦੱਸਦੇ ਨੇ ਕਿ ਇਹ ਰੋਡ ਅੱਗੇ ਬਲੌਕ ਕੀਤੀ ਗਈ ਹੈ ਇਸ ਰੋਡ ਤੇ ਸ਼ੋਭਾ ਯਾਤਰਾ ਨਿਕਲ ਰਹੀ ਹੈ ਇਸ ਰੋਡ ਤੇ ਪਿੱਛੇ ਤੁਹਾਨੂੰ ਪਤਾ ਲੱਗਣਾ ਲੱਗ ਪਏਗਾ ਕਿ ਯਾਰ ਉਸ ਰੋਡ ਤੋਂ ਜਿਹੜਾ ਐਕਸੀਡੈਂਟ ਹੋ ਗਿਆ ਉਸ ਰੋਡ ਤੇ ਕੋਈ ਧਰਨ ਲੱਗਾ ਉਥੋਂ ਸ਼ੋਭਾ ਯਾਤਰਾ ਨਿਕਲ ਰਹੀ ਔਰ ਰੋਡ ਬਲੌਕ ਹੈ ਉਹ ਤੁਹਾਨੂੰ ਦੱਸਣਗੇ ਬਕਾਇਦਾ ਕਿ ਤੁਸੀਂ ਇਸ ਪਾਸੇ ਨੂੰ ਮੁੜ ਜਾਓ ਤੁਸੀਂ ਉਸ ਪਾਸੇ ਨੂੰ ਮੁੜ ਜਾਓ ਟਵਿੱਟਰ ਤੇ ਲਗਾਤਾਰ ਜਿਹੜੀ ਹైదరాబాద్ ਪੁਲਿਸ ਜਿਹੜੀ ਹੈ ਆਪਣੇ ਟ੍ਰੈਫਿਕ ਮੁਲਾਜ਼ਮਾਂ ਦੀ ਜਿਹੜੀ ਤਣਾਤੀ ਹੈ ਉਹਦੇ ਬਾਰੇ ਦੱਸਣਗੇ ਉਹਦਾ ਨੰਬਰ ਸ਼ੇਅਰ ਕਰਦੇ ਨੇ ਰੂਟ ਕਿਹੜਾ ਡਾਇਵਰਟ ਹੋਇਆ ਉਹ ਦੱਸਦੇ ਨੇ ਤਾਂ ਮੈਂ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਟ੍ਰੈਫਿਕ ਨੂੰ ਲੈ ਕੇ ਇੰਨਾ ਜ਼ਿਆਦਾ ਕੰਮ ਹੁੰਦਾ ਸਿਰਫ ਉੱਥੇ ਇਹ ਨਹੀਂ ਹੁੰਦਾ ਕਿ ਚੌਂਕਾਂ ਤੇ ਖੜੇ ਹੋ ਕੇ ਹੱਥ ਲਾਣਾ ਕਿ ਤੁਸੀਂ ਆ ਜਾਓ ਸਿਟੀ ਮਾਰੀ ਤਾਂ ਤੁਸੀਂ ਆ ਜਾਓ ਇਹਨਾਂ ਕੰਮ ਨਹੀਂ ਹੋ ਰਿਹਾ ਟ੍ਰੈਫਿਕ ਨੂੰ ਟ੍ਰੈਫਿਕ ਦੇ ਲਈ ਉੱਥੇ ਬਹੁਤ ਜ਼ਿਆਦਾ ਟੈਕਨੋਲੋਜੀ ਦਾ ਵੀ ਸਹਾਰਾ ਲਿਆ ਜਾ ਰਿਹਾ ਔਰ ਪੂਰਾ ਦਿਨ ਮੈਨਪਾਵਰ ਜਿਹੜੀ ਆ ਲੱਗੀ ਰਹਿੰਦੀ ਹੈ ਕਿ ਟ੍ਰੈਫਿਕ ਜਿਹੜਾ ਉਹ ਮੂਵਿੰਗ ਚ ਰਹੇ ਕਿਤੇ ਜਾਮ ਨਾ ਲੱਗੇ ਨਹੀਂ ਤੇ ਤੁਸੀਂ ਜਦੋਂ ਕਿਹਾ ਕਿ ਉੱਥੇ ਨਫਰੀ ਜਿਹੜੀ ਹੈਗੀ ਪੁਲਿਸ ਦੀ ਉਹ ਜ਼ਿਆਦਾ ਹੈ ਤੇ ਨਫਰੀ ਇਹਦਾ ਮਤਲਬ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੀ ਆਬਾਦੀ ਹైదరాబాద్ ਦੇ ਮੁਕਾਬਲੇ ਤਾਂ ਬਹੁਤ ਘੱਟ ਆ ਤੇ ਜ਼ਾਹਿਰ ਹੈ ਕਿ ਜੇ ਉੱਥੇ ਪੁਲਿਸ ਦੀ ਨਫਰੀ ਜ਼ਿਆਦਾ ਤੇ ਉੱਥੇ ਆਬਾਦੀ ਵੀ ਤਾਂ ਜ਼ਿਆਦਾ ਉੱਥੇ ਗੱਡੀਆਂ ਵੀ ਜ਼ਿਆਦਾ ਨੇ ਤੇ ਪੰਜਾਬ ਦੇ ਵਿੱਚ ਜੇ ਪੁਲਿਸ ਦੀ ਨਫਰੀ ਘਟੇ ਤਾਂ ਆਬਾਦੀ ਵੀ ਘਟੇ ਤੇ ਗੱਡੀਆਂ ਵੀ ਘਟਣੇ ਆਪਾਂ ਪੰਜਾਬ ਦੀ ਗੱਲ ਨਹੀਂ ਨਾ ਕਰ ਸਕਦੇ ਪੂਰੇ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਅਸੀਂ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਬਠਿੰਡਾ ਇਹੋ ਜਿਹੇ ਵੱਡੇ ਸ਼ਹਿਰਾਂ ਦੀ ਹੀ ਗੱਲ ਕਰਾਂਗੇ ਸ਼ਹਿਰਾਂ ਦੇ ਹਿਸਾਬ ਨਾਲ ਨਫਰੀ ਵਧਾਨ ਓਕੇ ਸ਼ਹਿਰਾਂ ਦੇ ਹਿਸਾਬ ਨਾਲ ਟੈਕਨੋਲੋਜੀ ਲੈ ਕੇ ਆਣ ਲੁਧਿਆਣਾ ਦੇ ਵਿੱਚ ਜੇ ਏਸ਼ੀਆ ਦੇ ਸਭ ਤੋਂ ਵੱਧ ਗੱਡੀਆਂ ਨੇ ਏਰੀਆ ਵਾਈਜ਼ ਤਾਂ ਉਹ ਹਾਈਦਰਾਬਾਦ ਤੋਂ ਜ਼ਿਆਦਾ ਹੋਈ ਨਾ ਫਿਰ ਉੱਥੇ ਕੰਜੈਸ਼ਨ ਤਉਥੇ ਟੈਕਨੋਲੋਜੀ ਲੈ ਕੇ ਆਣਾ ਉਥੇ ਕਿਉਂ ਨਹੀਂ ਹਰ ਅ ਮੋੜ ਤੇ ਹਰ ਟ੍ਰੈਫਿਕ ਲਾਈਟ ਤੇ ਕੋਈ ਟ੍ਰੈਫਿਕ ਮੁਲਾਜ਼ਮ ਖੜਾ ਹੁੰਦਾ ਬੜਾ ਆਸਾਨ ਜਿਹਾ ਤਰੀਕਾ ਹੈ ਜੇ ਤੁਸੀਂ ਹਰ ਚੌਂਕ ਤੇ ਇੱਕ ਟ੍ਰੈਫਿਕ ਮੁਲਾਜ਼ਮ ਹੀ ਖੜਾ ਕਰ ਦਿਓ ਜੇ ਤੁਸੀਂ ਟੈਕਨੋਲੋਜੀ ਨਹੀਂ ਵੀ ਵਰਤਨੀ ਤੁਸੀਂ ਇੱਕ ਵਧੀਆ ਟ੍ਰੈਫਿਕ ਮੁਲਾਜ਼ਮ ਖੜਾ ਕਰ ਦਿਓ ਡਿਸਪਲਿਨਡ ਮੁਲਾਜ਼ਮ ਹੋਵੇ ਔਰ ਉਹਦੀ ਡਿਊਟੀ ਹੋਵੇ ਕਿ ਸਾਰਾ ਦਿਨ ਤੂੰ ਇਸ ਚੌਂਕ ਤੇ ਜਾਮ ਨਹੀਂ ਲੱਗਣ ਦੇਣਾ ਦੱਸੋ ਤੁਹਾਨੂੰ ਲੱਗਦਾ ਹੈ ਕਿ ਫਿਰ ਉਸ ਚੌਂਕ ਤੇ ਜਾਮ ਲੱਗ ਜਾਏਗਾ ਬੇਵਜਾ ਨਹੀਂ ਲੱਗੇਗਾ ਬੜੀ ਛੋਟੀ ਜਿਹੀ ਗੱਲਾਂ ਨੇ ਇਹ ਟ੍ਰੈਫਿਕ ਪੁਲਿਸ ਨੂੰ ਟ੍ਰੈਫਿਕ ਮੈਨੇਜਮੈਂਟ ਸਿਸਟਮ ਨੂੰ ਔਰ ਜਿਹੜੀ ਇਹ ਟੈਕਨੋਲੋਜੀ ਨੇ ਟ੍ਰੈਫਿਕ ਪੁਲਿਸ ਨਹੀਂ ਲੈਂਦੀ ਇਹ ਕਾਰਪੋਰੇਸ਼ਨਸ ਲੈਂਦੇ ਨੇ ਜਿਵੇਂ ਹైదరాబాద్ ਦਾ ਵਿੱਚ ਹైదరాబాద్ ਮਿਊਨਿਸਪਲ ਕਾਰਪੋਰੇਸ਼ਨ ਨੇ ਟੈਕਨੋਲੋਜੀ ਖਰੀਦ ਕੇ ਪੁਲਿਸ ਨੂੰ ਦਿੱਤੀ ਪ੍ਰੋਜੈਕਟ ਖਰੀਦਿਆ ਪੁਲਿਸ ਨੂੰ ਦਿੱਤਾ ਪੁਲਿਸ ਉਹਨੂੰ ਰਨ ਕਰਦੀ ਹੈ ਇਦਾਂ ਹੀ ਜੇ ਜਲੰਧਰ ਚ ਲਗਾਣਾ ਹੈ ਤੇ ਜਲੰਧਰ ਦੇ ਵਿੱਚ ਵੀ ਜਿੱਦਾਂ ਜਲੰਧਰ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਏਟੀਸੀ ਸਿਗਨਲਸ ਦੀ ਮੈਂ ਗੱਲ ਕਰ ਰਿਹਾ ਜਾਂ ਆਈਟੀਐਮਐਸ ਬਣ ਰਿਹਾ ਐਕਚੁਅਲੀ ਹੁਣ ਕੀ ਹੈ ਕਿ ਆਈਟੀਐਮਐਸ ਜਿਹੜਾ ਹੈ ਉਹ ਹ ਜਿਹੜੀਆਂ ਸਮਾਰਟ ਸਿਟੀ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਆ ਰਹੀਆਂ ਨੇ ਉਥੇ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਲੱਗਣਾ ਲਾਜ਼ਮੀ ਹੈ ਪਰ ਅਸੀਂ ਬਹੁਤ ਦੇਰ ਕਰ ਚੁੱਕੇ ਹਾਂ ਸਾਨੂੰ ਪਹਿਲਾਂ ਲੱਗ ਜਾਣਾ ਚਾਹੀਦਾ ਸੀਗਾ ਲੁਧਿਆਣਾ ਦੇ ਵਿੱਚ ਆਈਟੀਐਮਐਸ ਪਹਿਲਾਂ ਲੱਗ ਜਾਣਾ ਚਾਹੀਦਾ ਚਾਹੀਦਾ ਸੀਗਾ ਜਲੰਧਰ ਦੇ ਵਿੱਚ ਲੱਗ ਜਾਣਾ ਚਾਹੀਦਾ ਸੀ ਅੰਮ੍ਰਿਤਸਰ ਦੇ ਵਿੱਚ ਲੱਗ ਜਾਣਾ ਚਾਹੀਦਾ ਸੀ ਜਿਹੜੀਆਂ ਤੇ ਪੰਜਾਬ ਦੀਆਂ ਸਮਾਰਟ ਸਿਟੀਜ਼ ਨੇ ਉੱਥੇ ਲੱਗ ਜਾਣਾ ਚਾਹੀਦਾ ਸੀਗਾ ਇਹ ਹੈ ਹੁਣ ਸੈਂਟਰਲ ਗਵਰਨਮੈਂਟ ਵੱਲੋਂ ਗਾਈਡਲਾਈਨਸ ਨੇ ਕਿ ਤੁਸੀਂ ਇੰਟੀਗ੍ਰੇਟਿਡ ਟਰੈਫਿਕ ਮੈਨੇਜਮੈਂਟ ਸਿਸਟਮ ਰੱਖੋ ਪਰ ਮੇਰਾ ਇਹ ਮੰਨਣਾ ਹੈ ਕਿ ਜੇ ਟੈਕਨੋਲੋਜੀ ਵੀ ਆ ਜਾਊਗੀ ਸਿਰਫ ਟੈਕਨੋਲੋਜੀ ਤੇ ਸਾਰੇ ਟਰੈਫਿਕ ਮੂਵ ਨਹੀਂ ਹੋ ਸਕਦਾ ਤੁਸੀਂ ਦੇਖੋ ਕਿਸੇ ਟਰੈਫਿਕ ਸਿਗਨਲ ਵਾਲੇ ਨੂੰ ਜੇ ਤੁਸੀਂ ਉੱਥੇ ਸੈਂਸਰ ਵਾਲਾ ਟਰੈਫਿਕ ਸਿਗਨਲ ਲਾ ਲੋਗੇ ਉਹਨੂੰ ਕੀ ਪਤਾ ਕਿ ਫਲਾਣੇ ਬੰਦੇ ਨੇ ਟਰੈਫਿਕ ਦੀ ਵਾਇਲੇਸ਼ਨ ਪਿੱਛ ਇਹ ਤਾਂ ਸਿਗਨਲਸ ਨਹੀਂ ਨਾ ਇਹ ਤਾਂ ਸਿਗਨਲਸ ਨਹੀਂ ਨਾ ਕੰਟਰੋਲ ਕਰ ਸਕਦੇ ਤੁਸੀਂ ਸੈਂਸਰ ਵਾਲੇ ਸਿਗਨਲ ਤੇ ਲਾ ਦੋਗੇ ਇਹ ਇਹ ਚੀਜ਼ਾਂ ਜਿਹੜੀਆਂ ਨੇ ਟ੍ਰੈਫਿਕ ਪੁਲਿਸ ਦੀ ਮੁਸਤੈਦੀ ਨੇ ਕਰਨੀ ਹੈ ਟ੍ਰੈਫਿਕ ਪੁਲਿਸ ਦੀ ਅਵੇਅਰਨੈਸ ਨੇ ਟ੍ਰੈਫਿਕ ਪੁਲਿਸ ਦੀ ਅਲਰਟਨੈਸ ਨੇ ਕਰਨੀ ਹੈ ਔਰ ਟ੍ਰੈਫਿਕ ਪੁਲਿਸ ਦੀ ਵੱਡੀ ਕਿਣਤੀ ਨੇ ਕਰਨੀ ਹੈ ਜੇ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਲੋਡ ਇੰਨਾ ਵੱਧ ਗਿਆ ਜਲੰਧਰ ਲੁਧਿਆਣਾ ਅੰਮ੍ਰਿਤਸਰ ਦੇ ਵਿੱਚ ਆਪਾਂ ਜੇ ਖਾਸ ਕਰਕੇ ਗੱਲ ਕਰ ਰਹੇ ਆ ਤੇ ਕੀ ਹੋਏਗਾ ਉਥੇ ਕਿ ਜੇ ਮੰਨ ਲਓ ਤੁਸੀਂ ਕਹਿ ਰਹੇ ਹੋ ਹਰ ਜੰਕਸ਼ਨ ਤੇ ਲਾਉਣ ਦੇ ਲੋੜ ਨਹੀਂ ਹੈ ਤੁਸੀਂ ਜੇ ਸ਼ਹਿਰ ਦੇ 20 ਜੰਕਸ਼ਨ ਵੀ ਆਇਡੈਂਟੀਫਾਈ ਕਰ ਲ ਹਾਂ ਜੇ 40 ਮੁਲਾਜ਼ਮ ਜੇ ਤੁਸੀਂ 8 ਘੰਟੇ ਦੀ ਸ਼ਿਫਟ ਤੇ ਲਾ ਲਾ ਵੀ ਦਿਓ 24 ਘੰਟੇ ਦਾ ਟ੍ਰੈਫਿਕ ਨਹੀਂ ਜਾਮ ਰਹਿੰਦਾ ਟ੍ਰੈਫਿਕ 24 ਘੰਟੇ ਤੇ ਨਹੀਂ ਵੱਡੀ ਗਿਣਤੀ ਦੇ ਵਿੱਚ ਰਹਿੰਦਾ ਹੁੰਦਾ ਕੀ ਹੈ ਸਵੇਰੇ 10 ਵਜੇ ਤੋਂ ਲੈ ਕੇ ਤੁਸੀਂ 7-8 ਵਜੇ ਤੱਕ ਟ੍ਰੈਫਿਕ ਦਾ ਲੋਡ ਰਹਿੰਦਾ ਹੈ ਸੜਕਾਂ ਤੇ 7-8 ਘੰਟੇ ਦੇ ਲਈ ਜੇ ਹਰ ਚੌਂਕ ਤੇ ਟ੍ਰੈਫਿਕ ਮੁਲਾਜ਼ਮ ਤਨਾਤ ਹੋ ਜਾਣ ਔਰ ਬੜੇ ਅਲਰਟਨੈਸ ਦੇ ਨਾਲ ਕੰਮ ਕਰਨ ਹੁਣ ਆਪਾਂ ਅੱਜ ਹੀ ਖਬਰ ਚਲਾਈ ਜਲੰਧਰ ਤੇ ਗੁਰਨਾਲਕ ਮਿਸ਼ਨ ਚੌਂਕ ਤੋਂ ਜਿਹੜੀ ਮੋਲਟਾਊਨ ਰੋਡ ਤੇ ਜਾਮ ਲੱਗਾ ਸੀਗਾ ਇੱਕ-ਇੱਕ ਘੰਟਾ ਲੋਕਾਂ ਨੂੰ ਉੱਥੇ ਜਿਹੜਾ अपना मंज़िल तक पहुंचने ਲਈ ਇੰਤਜ਼ਾਰ ਕਰਨਾ ਪਿਆ ਜਦੋਂ ਹੀ ਅਸੀਂ ਕੈਮਰਾ ਲੈ ਕੇ ਉੱਥੋਂ ਨਿਕਲੇ ਜਦੋਂ ਹੀ ਸਾਡੀ ਟੀਮ ਕਿਉਂਕਿ ਸਾਡਾ ਆਫਿਸ ਉਸੇ ਰੋਡ ਤੇ ਹੈ ਤੇ ਅਸੀਂ ਜਲਦੀ ਕੈਮਰਾ ਲੈ ਕੇ ਅਸੀਂ ਆਪਣੇ ਰਿਪੋਰਟਰ ਨੂੰ ਉਥੇ ਮੂਵ ਕੀਤਾ ਔਰ ਜਦੋਂ ਹੀ ਉਹਨੇ ਰਿਪੋਰਟਰ ਨੇ ਹਜੇ ਖਬਰ ਕਰਨੀ ਸ਼ੁਰੂ ਕੀਤੀ ਹੈ ਉਸੇ ਵੇਲੇ ਉਥੇ ਟ੍ਰੈਫਿਕ ਮੁਲਾਜ਼ਮ ਜਿਹੜੇ ਚੌਂਕਾ ਦੇ ਤਣਾਤ ਹੋ ਗਏ ਤਣਾਤ ਹੋਣ ਦਾ ਮਤਲਬ ਉਹ ਪਹਿਲਾਂ ਹੀ ਉਥੇ ਸੀਗੇ ਅਲਰਟ ਹੋ ਗਏ ਜਿੰਨੀ ਦੇਰ ਤੱਕ ਆਪਾਂ ਖਬਰ ਪੂਰੀ ਕਰ ਰਹੇ ਸੀ ਕਿ ਉਨੀ ਦੇਰ ਤੱਕ ਜਿਹੜਾ ਪਿਛਲੇ 1 ਘੰਟੇ ਤੋਂ ਜਾਮ ਲੱਗਾ ਹੋਇਆ ਸੀਗਾ ਉਸੇ ਕਲੀਅਰ ਹੋ ਗਿਆ ਇਹਦਾ ਮਤਲਬ ਮੰਚਾ ਟ੍ਰੈਫਿਕ ਮੁਲਾਜ਼ਮਾਂ ਦੀ ਬੜੀ ਕਲੀਅਰ ਜੀ ਹੋਣੀ ਚਾਹੀਦੀ ਹੈ ਅਲਰਟਨੈਸ ਹੋਣੀ ਚਾਹੀਦੀ ਹੈ ਔਰ ਇੱਕ ਟਾਰਗੇਟ ਬੇਸ ਹੋਣਾ ਚਾਹੀਦਾ ਕਿ ਤੇਰੇ ਤੇਰੇ ਜੰਕਸ਼ਨ ਤੇ ਜਾਮ ਨਹੀਂ ਲੱਗਣਾ ਚਾਹੀਦਾ ਜਦੋਂ ਇਸ ਜੰਕਸ਼ਨ ਤੇ ਜਾਮ ਨਹੀਂ ਲੱਗੂਗਾ ਤੇ ਸੁਭਾਵਿਕ ਜੀ ਗੱਲ ਹੈ ਕਿ ਅਗਲੇ ਤੇ ਫਿਰ ਅਗਲੇ ਤੇ ਵੀ ਨਹੀਂ ਲੱਗੂਗਾ ਫਿਰ ਉਸ ਤੋਂ ਅਗਲੇ ਤੇ ਵੀ ਨਹੀਂ ਲੱਗੂਗਾ ਕੋਈ ਕੋਈ ਘਟਨਾ ਵਾਪਰ ਜਵੇ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਰੂਟ ਡਾਇਵਰਟ ਕੀਤੇ ਨੇ ਉਦੋਂ ਤਾਂ ਉਹ ਗੱਲ ਵੱਖਰੀ ਹੈ ਪਰ ਘੱਟੋ-ਘੱਟ ਟ੍ਰੈਫਿਕ ਮੁਲਾਜ਼ਮਾਂ ਨੂੰ ਇਹ ਤਾਂ ਚਾਹੀਦਾ ਹੈ ਨਾ ਕਿ ਅਲਰਟ ਰਹਿਣ ਔਰ ਜਿਹੜੇ ਵੱਡੇ ਅਫਸਰ ਨੇ ਉਹ ਅਲਰਟ ਰਹਿਣ ਔਰ ਰੂਟਸ SMS ਭੇਜਣ ইমেইলস ਭੇਜਣ ਤਾਂ ਬੜੇ ਵਧੀਆ ਤਰੀਕੇ ਨਾਲ ਲੋਕੀ ਵੀ ਬੜੇ ਸੈਟੀਸਫਾਈ ਹੋਣਗੇ ਔਰ ਉਹਨਾਂ ਨੂੰ ਜ਼ਿਆਦਾ ਲੋਕਾਂ ਦੀ ਵੀ ਜਿਹੜੀ ਅੱਜ ਗੁੱਸਾ ਆਪਾਂ ਦੇਖਿਆ ਕਿ ਲੋਕਾਂ ਨੇ ਰਿਵੋਲਵਰਾਂ ਹੀ ਕਢ ਲਈਆਂ ਉਹੋ ਜਿਹਾ ਗੁੱਸਾ ਨਹੀਂ ਲਾਊਗਾ ਲੋਕਾਂ ਨੂੰ ਤੁਸੀਂ ਬਹੁਤ ਐਡਵਾਂਸਡ ਟੈਕਨੋਲੋਜੀ ਦੀ ਗੱਲ ਕਰ ਰਹੇ ਹੋ ਕਿ ਮੈਸੇਜ ਦਿੱਤੇ ਜਾਣ ਲੋਕਾਂ ਨੂੰ ਮੈਸੇਜ ਭੇਜੇ ਜਾਣ ਕਿ ਇੱਥੇ ਧਰਨਾ ਲੱਗਾ ਹੈ ਜਾਂ ਇੱਥੇ ਜਾਮ ਲੱਗਾ ਹੋਇਆ ਹੈ ਇਧਰਲੇ ਪਾਸੇ ਵੀ ਤੁਸੀਂ ਇਧਰਲੇ ਪਾਸੇ ਡਾਇਵਰਟ ਹੋ ਜਾਓ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਦਾ ਅਮਲ ਹੋ ਸਕਦਾ ਹੈ ਕਿਉਂਕਿ ਮੈਨੂੰ ਤਾਂ ਲੱਗਦਾ ਕਿ ਇੱਥੇ ਤੱਕ ਜੇ ਤੁਸੀਂ ਕਿਸੇ ਨੂੰ ਕਿਸੇ ਥਾਣੇ ਦੇ ਇਨਚਾਰਜ ਨੂੰ ਜੇ ਤੁਸੀਂ ਫੋਨ ਕਰਨਾ ਉਹ ਤੇ ਫੋਨ ਹੀ ਨਹੀਂ ਚੁੱਕਦਾ ਹੁੰਦਾ ਤੇ ਬਾਕੀ ਤੱਕ ਉਹ ਤੁਸੀਂ ਮੈਸੇਜ ਵਾਲੀ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਉਹਦੇ ਨਾਲ ਇਹ ਹੀ ਗੱਲ ਹੈ ਕਿ ਟੈਕਨੋਲੋਜੀ ਪਲੱਸ ਮੈਨੂਅਲ ਪਾਵਰ ਜਿਹੜੀ ਆ ਉਹ ਦੋਨੋਂ ਦੋਨੋਂ ਬੈਲੈਂਸ ਹੋਣੀ ਚਾਹੀਦੀ ਹੈ ਜੇ ਤੁਸੀਂ ਮੈਨੂਅਲੀ ਤੁਹਾਡੀ ਗੱਲ ਠੀਕ ਹੈ ਜੇ ਮੈਨੂਅਲ ਜ਼ਿਆਦਾ ਵਧਾ ਦਿੰਦੇ ਨੇ ਫਿਰ ਰਸਤੇ 'ਚ ਨਾਕੇ ਲਾ ਕੇ ਰੋਕ ਲੈਂਦੇ ਨੇ ਨਾਕੇ ਲੱਗ ਜਾਂਦੇ ਨੇ ਇਹ ਅ ਉਦੋਂ ਹੁੰਦਾ ਕੀ ਹੈ ਕਿ ਨਾਕੇ ਜਦੋਂ ਲੱਗ ਗਏ ਤਾਂ ਫਿਰ ਟ੍ਰੈਫਿਕ ਦੀ ਸਮੱਸਿਆ ਵੱਧ ਜਾਂਦੀ ਹੈ ਰੈੱਡ ਲਾਈਟ ਤੋਂ ਬਾਅਦ ਥੋੜੀ ਦੂਰ ਬਾਅਦ ਹੀ ਜਿਹੜੀ ਆ ਟ੍ਰੈਫਿਕ ਮੁਲਾਜ਼ਮ ਨੇ ਜਿਹੜੇ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਰੈੱਡ ਲਾਈਟ ਤੋਂ ਬਾਅਦ ਨਾਕਾ ਲਾ ਕੇ ਖੜੇ ਹੋ ਜਾਂਦੇ ਨੇ ਉਹ ਗੱਡੀਆਂ ਨੂੰ ਰੋਕਦੇ ਨੇ ਪਿੱਛੇ ਜਾਮ ਲੱਗ ਜਾਂਦਾ ਤਾਂ ਜਦੋਂ ਮੈਨੂਅਲ ਔਰ ਟੈਕਨੋਲੋਜੀ ਦੋਨੋਂ ਇਕੱਠੇ ਕੰਮ ਕਰਨ ਔਰ ਜਿਵੇਂ ਤੁਸੀਂ ਦੱਸ ਰਹੇ ਹੋ ਜਿਹਾ ਤੁਸੀਂ ਚਿੰਤਾ ਜਤਾ ਰਹੇ ਹੋ ਮੈਂ ਉਹੀ ਦੱਸ ਰਿਹਾ ਕਿ ਸਮਾਰਟ ਸਿਟੀਜ਼ ਪ੍ਰੋਜੈਕਟ ਦੇ ਅਧੀਨ ਜਲੰਧਰ ਅੰਮ੍ਰਿਤਸਰ ਔਰ ਲੁਧਿਆਣਾ ਦੇ ਵਿੱਚ ਆਈਟੀਐਮਐਸ ਪ੍ਰੋਜੈਕਟ ਲੱਗਣੇ ਨੇ ਲੁਧਿਆਣਾ ਦੇ ਵਿੱਚ ਸ਼ਾਇਦ ਕੁਝ ਜਗ੍ਹਾ ਤੇ ਸ਼ੁਰੂ ਹੋ ਚੁੱਕਿਆ ਹੈ ਹਜੇ ਬਹੁਤ ਵਧੀਆ ਤਰੀਕੇ ਨਾਲ ਨਹੀਂ ਇਹ ਚੱਲ ਰਿਹਾ ਜਲੰਧਰ ਦੇ ਵਿੱਚ ਚੱਲਣ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਵੀ ਚੱਲਣ ਜਾ ਰਿਹਾ ਹੈ ਤਾਂ ਆਈਟੀਐਮਐਸ ਆਈਟੀਐਮਐਸ ਜਿਹੜਾ ਸਿਸਟਮ ਹੈ ਉਹ ਲੱਗੇਗਾ ਜਲੰਧਰ ਦੇ ਵਿੱਚ ਵੀ ਲੱਗੇਗਾ ਪਰ ਗੱਲ ਇਹ ਹੈ ਕਿ ਮ ਮੈਂ ਨੰਨੋ ਮੈਂ ਮੇਰਾ ਮਕਸਦ ਐਕਚੁਅਲੀ ਕੀ ਸੀਗਾ ਆਪਣੇ ਇਸ ਪ੍ਰੋਗਰਾਮ ਦਾ ਜਿਹੜਾ ਅੱਜ ਮਕਸਦ ਹੀ ਇਹ ਹੋਈ ਹੈ ਕਿ ਲੋਕ ਕਈ ਵਾਰ ਬਹੁਤ ਐਮਰਜੈਂਸੀ ਹੁੰਦੀ ਬੰਦੇ ਨੂੰ ਕਿਸੇ ਨੂੰ ਬਹੁਤ ਐਮਰਜੈਂਸੀ ਹੁੰਦੀ ਲੇਕਿਨ ਉਹ ਜਾ ਕੇ ਜਾਮ 'ਚ ਫਸ ਜਾਂਦਾ ਤੇ ਜ਼ਾਹਿਰ ਹੈ ਕਿ ਜਦੋਂ ਬਹੁਤ ਜ਼ਿਆਦਾ ਐਮਰਜੈਂਸੀ ਹੋਰ ਜਾਮ 'ਚ ਫਸਿਆ ਹੋਇਆ ਬੰਦਾ ਤੇ ਉਹਨੂੰ ਗੁੱਸਾ ਆਏਗਾ ਹੀ ਆਏਗਾ ਉਹ ਫਿਰ ਕੀ ਹੁੰਦਾ ਹੈ ਕਿ ਜਾਂ ਤਾਂ ਆਪਸ 'ਚ ਲੜ ਪੈਂਦੇ ਆ ਅਗਲੀ ਪਿਛਲੀ ਗੱਡੀ ਵਾਲੇ ਲੜ ਪੈਂਦੇ ਆ ਜਾਂ ਜਿਹੜਾ ਉੱਥੇ ਪੁਲਿਸ ਮੁਲਾਜ਼ਮ ਖੜਾ ਹੁੰਦਾ ਉਹਦੇ ਤੋਂ ਵੈਸਣ ਲੱਗ ਪੈਂਦੇ ਆ ਇਹ ਚੀਜ਼ਾਂ ਜਿਹੜੀਆਂ ਕਿਉਂਕਿ ਲੋਕਾਂ ਕੋਲ ਟਾਈਮ ਘੱਟ ਜੋ ਤੇ ਇਹ ਚੀਜ਼ਾਂ ਜ਼ਾਹਿਰ ਹੈ ਕਿ ਜਦੋਂ ਉਹ ਟ੍ਰੈਫਿਕ ਦੇ ਵਿੱਚੋਂ ਬੰਦਾ ਨਿਕਲ ਰਿਹਾ ਔਰ ਟ੍ਰੈਫਿਕ ਸਮੂਥ ਨਹੀਂ ਹੈਗਾ ਤੇ ਉਹ ਗੁੱਸਾ ਜਿਹੜਾ ਹੋਰ ਵੱਧਦਾ ਬੰਦੇ ਨੂੰ ਉਹਨੇ ਕਿਸੇ ਨੂੰ ਟਾਈਮ ਦਿੱਤਾ ਹੁੰਦਾ ਉਹ ਪਹੁੰਚ ਉੱਥੇ ਪਹੁੰਚਦਾ ਨਹੀਂ ਬੰਦਾ ਜਿਹੜਾ ਅਗਲਾ ਹੈਗਾ ਉਹ ਨਿਕਲ ਜਾਂਦਾ ਜਾਂ ਕੋਈ ਮਰੀਜ਼ ਹੈਗਾ ਜਿਹੜਾ ਐਮਬੂਲੈਂਸ ਦੇ ਵਿੱਚ ਕਿਉਂਕਿ ਸਾਡੇ ਕੋਲ ਕੋਈ ਐਮਬੂਲੈਂਸ ਵਾਸਤੇ ਵੱਖਰੀ ਲੇਨ ਤਾਂ ਹੈ ਨਹੀਂ ਹੂੰ ਕੀ ਐਂਬੂਲੈਂਸ ਨਿਕਲ ਜਾਏਗੀ ਲੇਕਿਨ ਜੇ ਉਹ ਐਂਬੂਲੈਂਸ ਫਸ ਗਈ ਹੈ ਤੇ ਉਹ ਜ਼ਾਹਿਰ ਹੈ ਕਿ ਜਿਹੜਾ ਉਸ ਬੰਦਾ ਉਸ ਐਂਬੂਲੈਂਸ ਦੇ ਵਿੱਚ ਹੈ ਜੋ ਵੀ ਮਰੀਜ਼ ਉਸ ਐਂਬੂਲੈਂਸ ਦੇ ਵਿੱਚ ਹੈਗਾ ਉਹਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਸਮੂਥ ਕਰਨ ਵਾਸਤੇ ਤੁਹਾਨੂੰ ਜ਼ਿੰਮੇਵਾਰੀ ਦੀ ਲੋੜ ਹੈ ਜ਼ਿੰਮੇਵਾਰੀ ਲੈਣ ਦੀ ਲੋੜ ਹੈ ਜ਼ਿੰਮੇਵਾਰੀ ਲੋਕਾਂ ਨੂੰ ਵੀ ਤੇ ਅਫਸਰਾਂ ਨੂੰ ਜੇ ਅਫਸਰ ਸਖਤੀ ਕਰਦੇ ਨੇ ਫਿਰ ਉਹਦਾ ਵੀ ਜਿਹੜਾ ਗੁੱਸਾ ਜਿਹੜਾ ਗੁੱਸਾ ਉਹ ਲੋਕਾਂ ਦੇ ਵਿੱਚ ਆ ਜਾਂਦਾ ਜੇ ਤੁਸੀਂ ਬਹੁਤ ਜ਼ਿਆਦਾ ਸ਼ਕਤੀ ਕਰੋਗੇ ਫਿਰ ਉਹ ਪ੍ਰਸ਼ਾਸਨ ਤੋਂ ਲੋਕ ਤੰਗ ਹੋ ਜਾਂਦੇ ਨੇ ਸ਼ਕਤੀ ਵੀ ਉਹਨੇ ਕੋ ਕੀਤੀ ਜਾਵੇ ਤਾਂ ਕਿ ਕੁਝ ਦੇਰ ਦੀ ਸ਼ਕਤੀ ਦੇ ਨਾਲ ਲੋਕਾਂ ਦਾ ਬਿਹੇਵੀਅਰ ਚੇਂਜ ਹੋ ਜਾਏ ਔਰ ਲੋਕਾਂ ਨੂੰ ਸਭ ਤੋਂ ਐਂਡ ਤੇ ਤਾਂ ਆਪਾਂ ਹੀ ਕਹਿਣਾ ਚਾਹਵਾਂਗੇ ਕਿ ਲੋਕਾਂ ਨੂੰ ਅਵੇਅਰ ਹੋਣਾ ਪਏਗਾ ਜੇ ਟ੍ਰੈਫਿਕ ਮੁਲਾਜ਼ਮ ਨਹੀਂ ਲੱਗਦੇ ਸੜਕਾਂ ਤੇ ਜੇ ਨਹੀਂ ਐਡਵਾਂਸ ਟੈਕਨੋਲੋਜੀ ਵਾਲੀ ਸਿਗਨਲਸ ਲੱਗਦੇ ਤਾਂ ਜੇ ਆਪਾਂ ਹੀ ਵਧੀਆ ਤਰੀਕੇ ਨਾਲ ਟ੍ਰੈਫਿਕ ਸਿਗਨਲਸ ਦੀ ਪਾਲਣਾ ਸ਼ੁਰੂ ਕਰ ਦਈਏ ਤਾਂ ਫਿਰ ਇਹ ਤਾਂ ਹੋਣਾ ਨਹੀਂ ਕਿ ਮੈਂ ਟਾਪਰਿਆਂ ਤੇ ਅਗਲੇ ਆਰ ਦਾ ਮੈਂ ਟਾਈਮ ਖਰਾਬ ਕਰ ਰਿਹਾ ਤੇ ਮੈਨੂੰ ਅੱਗੇ ਉਹ ਜਿਆ ਬੰਦਾ ਮੇਰੇ ਵਰਗਾ ਨਹੀਂ ਮਿਲੇਗਾ ਮੈਨੂੰ ਅੱਗੇ ਜਾ ਕੇ ਉਹ ਮੇਰੇ ਵਰਗਾ ਬੰਦਾ ਲੱਭ ਜਾਏਗਾ ਜਿਹਨੇ ਪਿਛਲੇ ਨੂੰ ਖਰਾਬ ਕੀਤਾ ਅੱਗੇ ਜਾ ਕੇ ਮੈਨੂੰ ਕੋਈ ਖਰਾਬ ਕਰੇਗਾ ਤਾਂ ਸਮਾਂ ਦਾ ਫਿਰ ਸਾਰਿਆਂ ਦਾ ਉਦਾਂ ਹੀ ਖਰਾਬ ਹੋ ਰਿਹਾ ਤੇ ਲੋਕਾਂ ਨੂੰ ਵੀ ਅਵੇਅਰ ਹੋਣਾ ਪਏਗਾ ਪਰ ਬਾਕੀ ਦੂਜੀ ਗੱਲ ਜਿਹੜੀ ਆਪਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਟੈਕਨੋਲੋਜੀ ਚਾਹੀਦੀ ਹੈ ਟੈਕਨੋਲੋਜੀ ਦੇ ਨਾਲ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਅਲਰਟ ਚਾਹੀਦੇ ਨੇ ਗਿਣਤੀ ਵੀ ਉਹਨਾਂ ਦੀ ਚਾਹੀਦੀ ਹੈ ਤੇ ਅਲਰਟ ਵੀ ਚਾਹੀਦੇ ਨੇ ਇਹ ਨਾ ਹੋਵੇ ਕਿ ਚਾਰ ਮੁਲਾਜ਼ਮ ਇੱਕ ਚੌਂਕ ਤੇ ਖੜੇ ਨੇ ਪਰ ਉਹ ਅਲਰਟ ਹੀ ਉਹ ਧਿਆਨੀ ਨਹੀਂ ਦੇ ਰਹੇ ਸਹੀ ਤਰੀਕੇ ਨਾਲ ਤਾਂ ਫਿਰ ਟ੍ਰੈਫਿਕ ਮੈਨੇਜਮੈਂਟ ਦੀ ਸਮੱਸਿਆ ਜਿਹੜੀ ਹੈ ਟ੍ਰੈਫਿਕ ਦੀ ਸਮੱਸਿਆ ਉਹ ਦੂਰ ਨਹੀਂ ਹੋ ਸਕਦੀ ਔਰ ਟ੍ਰੈਫਿਕ ਦੀ ਸਮੱਸਿਆ ਦੇ ਪ੍ਰੋਗਰਾਮ ਰਾਣਾ ਜੀ ਆਪਾਂ ਇਸ ਕਰਕੇ ਕੀਤਾ ਹੈ ਕਿ ਇਹ ਬਹੁਤ ਵੱਡੀ ਸਮੱਸਿਆ ਹੈ ਅੱਜ ਦੀ ਰੇਟ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਔਰ ਮੈਨੂੰ ਇਹ ਲੱਗਦਾ ਹੈ ਕਿ ਵੱਡੇ ਸ਼ਹਿਰਾਂ ਦੇ ਵਿੱਚ ਜਦੋਂ ਸਮੱਸਿਆ ਬਣ ਗਈ ਉਦੋਂ ਤਾਂ ਆਪਾਂ ਟੈਕਨੋਲੋਜੀ ਲੈ ਰਹੇ ਹਾਂ ਇਹ بڑا ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਛੋਟੇ ਸ਼ਹਿਰ ਨੇ ਗੱਡੀਆਂ ਦੀ ਗਿਣਤੀ ਤਾਂ ਉੱਥੇ ਵੀ ਵੱਧ ਰਹੀ ਹੈ ਟ੍ਰੈਫਿਕ ਤੋਂ ਉੱਥੇ ਵੀ ਵੱਧ ਰਿਹਾ ਹੈ ਉੱਥੇ ਹੁਣੇ ਟੈਕਨੋਲੋਜੀ ਲੈ ਕੇ ਆਓ ਤਾਂ ਕਿ ਅਗਲੇ 5 ਸਾਲ ਤੱਕ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਅ ਠੀਕ ਹੈ ਰਿਮਾਂਸ਼ੂ ਜੀ ਤੁਸੀਂ ਅੱਜ ਬੜੀ ਵਧੀਆ ਜਾਣਕਾਰੀ ਜਿਹੜੀ ਦਿੱਤੀ ਔਰ ਅਸੀਂ ਇਸ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਟ੍ਰੈਫਿਕ ਨੂੰ ਇਸ ਕਰਕੇ ਸ਼ਾਮਿਲ ਕੀਤਾ ਟ੍ਰੈਫਿਕ ਸਮੱਸਿਆ ਨੂੰ ਇਸ ਕਰਕੇ ਸ਼ਾਮਿਲ ਕੀਤਾ ਕਿਉਂਕਿ ਇਹ ਟ੍ਰੈਫਿਕ ਸਮੱਸਿਆ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਔਰ ਇਸ ਨੂੰ ਦੂਰ ਕਰਨਾ ਨਾ ਸਿਰਫ ਪੁਲਿਸ ਦਾ ਪ੍ਰਸ਼ਾਸਨ ਦਾ ਸਰਕਾਰ ਦਾ ਕੰਮ ਹੈ ਬਲਕਿ ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਜੇ ਤੁਹਾਡਾ ਸਿਗਨਲ ਰੈੱਡ ਹੈ ਤਾਂ ਤੁਹਾਨੂੰ ਰੈੱਡ ਸਿਗਨਲ ਤੇ ਵੇਟ ਕਰਨਾ ਚਾਹੀਦਾ ਜਾਂ ਤੁਹਾਨੂੰ ਜਦ ਪਤਾ ਹੈ ਕਿ ਤੁਸੀਂ ਰੋਜ਼ ਉਸ ਸਿਗਨਲ ਨੂੰ ਕਰਾਸ ਕਰ ਰਹੇ ਜਿਹੜੇ ਸਿਗਨਲ ਤੇ ਜਾਮ ਲੱਗਦਾ ਹੈ ਤੇ ਤੁਸੀਂ ਕਰੋ ਉਸੇ ਹਿਸਾਬ ਨਾਲ ਚੱਲੋ ਤਾਂਕਿ ਤੁਹਾਨੂੰ ਇਰੀਟੇਸ਼ਨ ਨਾ ਹੋਵੇ ਔਰ ਤੁਸੀਂ ਗੱਡੀ ਕਿਸੇ ਇਧਰ ਉਧਰ ਕਰਕੇ ਕੱਢਣ ਦੀ ਕੋਸ਼ਿਸ਼ ਨਾ ਕਰੋ ਤਾਂਕਿ ਕਿਸੇ ਹੋਰ ਨੂੰ ਜ्यादा ਸਮੱਸਿਆ ਨਾ ਆਵੇ ਜਾਂ ਕੋਈ ਦੁਰਘਟਨਾ ਜਿਹੜੀ ਹੈਗੀ ਆ ਉਹ ਨਾ ਹੋਵੇ ਤੇ ਅੱਜ ਹੈ ਕਿਸੇ ਹੋਰ ਮੁੱਦੇ ਨੂੰ ਲੈ ਕੇ ਅਸੀਂ ਫੇਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹੁਣ ਇਜਾਜ਼ਤ ਦਿਓ ਧੰਨਵਾਦ